ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਅੱਜ ਦੋਸਤੋ ਇੱਕ ਨਾਮਵਰ ਦੁਗਾਣਾ ਜੁੜੀ ਤੁਹਾਡੇ ਰੂਬਰੂ ਹੋਏਗੀ, ਜਿਨ੍ਹਾਂ ਦੇ ਇੱਕ ਨਹੀਂ ਅਨੇਕਾਂ ਗੀਤ ਨੇ ਜਿਹੜੇ ਤੁਹਾਨੂੰ ਚੰਗੇ ਨਹੀਂ ਸਗੋਂ ਬਹੁਤ ਚੰਗੇ ਲੱਗਦੇ ਨੇ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਦੋਂ ਕੋਈ ਵਿਆਹ ਦਾ ਜਾਂ ਕੋਈ ਹੋਰ ਖੁਸ਼ੀ ਦਾ ਸਮਾਗਮ ਹੁੰਦਾ ਹੈ, ਤੁਹਾਡੇ ਵਿਹੜਿਆਂ ਦੀ ਰੌਣਕ ਇਹਨਾਂ ਦੇ ਦੁਗਾਣੇ ਬਣਦੇ ਨੇ। ਕਈ ਵਾਰੀ ਬਹੁਤ ਸਾਰੇ ਖੇਡ ਟੂਰਨਾਮੈਂਟਾਂ 'ਤੇ ਜਾਂ ਬਹੁਤ ਸਾਰੇ ਮੇਲਿਆਂ ਮੁਸਾਵਿਆਂ ਦੇ ਉੱਤੇ ਤੁਸੀਂ ਇਸ ਦੁਗਾਣਾ ਜੁੜੀ ਨੂੰ ਬੜੇ ਚਾਵਾਂ ਅਤੇ ਮਲਾਰਾਂ ਦੇ ਨਾਲ ਸੱਦਦੇ ਹੋ ਜਾਂ ਸੁਣਦੇ ਹੋ। ਫਰਵ ਸੱਠ ਲਿਆਈਏ ਜਾਂ ਫਿਰ ਨਾਟ ਗਿਆਰਾਂ ਨੀ, ਜਾਂ ਮੈਂ ਕਿੱਥੋਂ ਟੱਕਰਾਂ ਮਾਰਾਂ ਵੇ ਜਾਂ ਲੈ ਜਾ ਢਾਬੇ 'ਤੇ, ਇਹ ਢਾਬੇ ਵਾਲਾ ਗੀਤ ਤੁਹਾਨੂੰ ਬੜਾ ਚੰਗਾ ਲੱਗਿਆ, ਜਾਂ ਫਿਰ ਆਹ ਕੀ ਦੇ ਵਿਆਹ ਵਿੱਚ ਆਈਆਂ ਮੇਲਣਾ, ਇੱਕ ਨਹੀਂ ਬਹੁਤ ਸਾਰੇ ਗੀਤ ਨੇ। ਕਦੇ ਸਰਪੰਚੀ ਦੀ ਗੱਲ ਕਰਦੇ ਨੇ, ਕਦੇ ਪਿਆਰ ਨਿਸ਼ਾਨੀ ਦੀ ਗੱਲ ਕਰਦੇ ਨੇ, ਕਦੇ ਗੇੜਿਆਂ ਦੀ ਗੱਲ ਕਰਦੇ ਹੈ, ਅਤੇ ਕਦੇ ਬਹੁਤ ਸਾਰੇ ਹੋਰ ਨੋਕ ਝੋਂਕ ਅਤੇ ਰਿਸ਼ਤਿਆਂ ਦੀ ਗੱਲ ਆਪਣੇ ਦੁਗਾਣਿਆਂ ਵਿੱਚ ਕਰਦੇ ਹੈ। ਮੀਤ ਬਰਾੜ ਅਤੇ ਹਰਮਨਦੀਪ ਆਹ ਸਾਡੇ ਮਹਿਮਾਨ ਨੇ, ਆਓ ਇਹਨਾਂ ਦਾ ਸਵਾਗਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ, ਮੇਰੇ ਵੱਲੋਂ ਜਾਣੀ ਮੀਤ ਬਰਾੜ ਅਤੇ ਮੇਰੇ ਵੱਲੋਂ ਯਾਨੀ ਕਿ ਹਰਮਨਦੀਪ ਵੱਲੋਂ ਬੈਨੀਪਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਜੀ। ਜੀ ਆਇਆਂ ਨੂੰ ਜੀ, ਥੈਂਕ ਯੂ ਜੀ। ਸੋ ਤੁਹਾਡੇ ਗੀਤ ਅੱਜ ਦੇ ਨਹੀਂ ਜੀ, ਕਈ ਵਾਰੀ ਹੋ ਗਿਆ ਸੁਣਦਿਆਂ ਦਿਲ ਵਿੱਚ ਆਸ ਹੁੰਦੀ ਸੀ, ਉਮੀਦ ਹੁੰਦੀ ਸੀ ਕਦੇ ਰੂਬਰੂ ਹੋਵਾਂਗੇ ਜੀ ਜੀ, ਅੱਜ ਉਹ ਦਿਨ ਚੰਗਾ ਲੱਗ ਰਿਹਾ ਜੀ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਬਹੁਤ ਸਾਰੇ ਦੁਗਾਣੇ ਮਾਰਕੀਟ ਵਿੱਚ ਆ ਰਹੇ ਨੇ ਜੀ, ਤੁਹਾਡੀ ਬੜੀ ਛੇਤੀ ਵਧੀਆ ਥਾਂ ਬਣ ਗਈ ਹੈ, ਕੀ ਕਾਰਨ? ਬੈਨੀਪਾਲ ਸਾਹਿਬ ਛੇਤੀ ਤਾਂ ਨਹੀਂ ਕਹਿ ਸਕਦੇ ਇਹਨੂੰ, ਹਾਂਜੀ ਕਾਫੀ ਟਾਈਮ ਸਟਰਗਲ ਕੀਤੀ ਜੀ ਜੀ। ਮੇਰਾ ਸਭ ਤੋਂ ਪਹਿਲਾ ਗਾਣਾ ਰਿਕਾਰਡ ਹੋਇਆ ਸੀ 2002 ਦੇ ਵਿੱਚ। ਵਾਹ, ਅੱਛਾ ਜੀ। ਪੰਜਾਬੀ ਬੋਲੀ ਦੀ ਗੱਲ ਸੀ, ਪਹਿਲਾ ਹੀ ਗਾਣਾ ਮੈਂ ਖੁਸ਼ਕਿਸਮਤਾਂ ਵੀ ਬੜਾ, ਮਤਲਬ ਪੰਜਾਬੀ ਬੋਲੀ ਨਾਲ ਸੰਬੰਧਿਤ ਗਾਣਾ ਸੀ ਉਹ, ਪੰਜਾਬੀ ਬੋਲੀ ਰਹਿ ਜੇ ਕਿਤੇ ਬਣ ਕੇ ਪ੍ਰਾਹੁਣੀ ਨਾ। ਉਸ ਤੋਂ ਬਾਅਦ ਫਿਰ ਵਨ ਬਾਏ ਵਨ ਜੀ, ਬਿਲਕੁਲ ਸੋਲੋ ਗੀਤ ਫਿਰ। ਓਕੇ ਜੀ, ਇਹ ਪੰਜਾਬੀਆਂ ਦੀ ਗੱਲ ਸੀ ਜੀ, ਪੰਜਾਬੀ ਬੋਲੀ ਰਹਿ ਜੇ ਕਿਤੇ ਬਣ ਕੇ ਪ੍ਰਾਹੁਣੀ ਨਾ, ਬਹੁਤ ਸੋਹਣਾ ਲਿਖਿਆ ਹੋਇਆ ਸੀ, ਮੈਂ ਦੋ ਲਾਈਨਾਂ ਤੁਹਾਨੂੰ ਸੁਣਾ ਜੀ। ਇੱਜ਼ਤ ਸੰਭਾਲੋ ਵੀਰੋ ਰੰਗਲੇ ਪੰਜਾਬ ਦੀ, ਮਹਿਕ ਕਿਤੇ ਰੁੱਲ ਜੇ ਨਾ ਫੁੱਲ ਇਹ ਗੁਲਾਬ ਦੀ, ਪੱਗ ਭੁੱਲ ਜਾਊ ਸਾਨੂੰ, ਪੱਗ ਭੁੱਲ ਜਾਊ ਸਾਨੂੰ, ਚੁੰਨੀ ਵੀ ਇੱਥੇ ਆਉਣੀ ਨਾ। ਪੰਜਾਬੀ ਬੋਲੀ ਰਹਿ ਜੇ ਕਿਤੇ ਬਣ ਕੇ ਪਰਾਉਣੀ ਨਾ, ਪੰਜਾਬੀ ਬੋਲੀ ਰਹਿ ਜੇ ਕਿਤੇ ਬਣ ਕੇ ਪਰਾਉਣੀ ਨਾ। ਬਹੁਤ ਵਧੀਆ ਜੀ, ਇਸ ਤਰ੍ਹਾਂ ਦੇ ਗੀਤ ਅੱਜ ਕੱਲ੍ਹ ਘੱਟ ਸੁਣਨ ਨੂੰ ਅਤੇ ਵੇਖਣ ਨੂੰ ਮਿਲਦੇ ਆ ਜੀ, ਬਿਲਕੁਲ। ਪਰ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਸਾਫ ਸੁਥਰੇ ਗਾਉਂਦੇ ਨੂੰ ਬਾਈ ਧਰਮਾ, ਅੱਜ ਨੂੰ ਉਚੇਚੇ ਤੌਰ 'ਤੇ ਮੈਂ ਯਾਦ ਕਰ ਰਿਹਾ ਜੀ, ਸਾਡਾ ਬੜਾ ਨਿੱਘਾ ਮਿੱਤਰ ਸੀ ਧਰਮਪ੍ਰੀਤ, ਜਿਸ ਨੂੰ ਅਸੀਂ ਤਾਂ ਪਿਆਰ ਨਾਲ ਧਰਮਾ ਹੀ ਕਹਿੰਦੇ ਸੀ। ਬਿਲਕੁਲ ਜੀ। ਉਹਨਾਂ ਨਾਲ ਵੀ ਤੁਹਾਨੂੰ ਸਟੇਜਾਂ ਮੈਂ ਕਰਦਿਆਂ ਵੇਖਿਆ ਜੀ। ਬਿਲਕੁਲ ਜੀ, ਮੈਂ ਤਕਰੀਬਨ 10-11 ਸਾਲ ਬਾਈ ਜੀ ਹੋਰਾਂ ਨਾਲ ਰਿਹਾ, ਅਤੇ ਮੈਂ ਅਕਸਰ ਹੀ ਇਹ ਗੱਲ ਕਰਦਾ ਹੁੰਦਾ ਸਟੇਜ 'ਤੇ ਵੀ ਜਿੱਥੇ ਵੀ ਮੈਂ ਜੋ ਵੀ ਅੱਜ ਇਹ ਬਾਈ ਜੀ ਦੀ ਬਦੌਲਤ ਹੈ ਜੀ, ਕਾਫੀ ਸਮਾਂ ਉਹਨਾਂ ਨਾਲ ਗੁਜ਼ਾਰਨ ਦਾ ਮੌਕਾ ਮਿਲਿਆ, ਸਟੇਜਾਂ 'ਤੇ ਪਿੱਛੇ ਖੜ ਖੜ ਕੇ ਕੋਰਸ ਬੋਲਿਆ, ਮਤਲਬ ਹਾਂਜੀ ਕਾਫੀ ਤਪੱਸਿਆ ਕੀਤੀ ਇਸ ਲਾਈਨ 'ਚ, ਅਤੇ ਅੱਜ ਜੋ ਵੀ ਹੈ ਬਸ ਤੁਹਾਡੇ ਰੂਬਰੂ ਹੈ। ਹਰਮਨਦੀਪ ਨਾਲ ਤੁਹਾਡਾ ਮੇਲ ਮਿਲਾਪ ਕਦੋਂ ਅਤੇ ਕਿਵੇਂ ਹੋਇਆ ਜੀ? ਸਾਡਾ ਤਕਰੀਬਨ 4 ਸਾਲ ਪਹਿਲਾਂ ਅਸੀਂ ਮਿਲੇ ਜੀ, ਅਤੇ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਕੈਰੀਅਰ ਬਣ ਗਿਆ। ਬਿਲਕੁਲ ਜੀ, ਬੜੀ ਕਿਰਪਾ ਪਰਮਾਤਮਾ ਦੀ। ਮੀਤ ਬਰਾੜ ਹੋਰਾਂ ਦੇ ਨਾਲ ਗਾ ਕੇ ਕਿਵੇਂ ਲੱਗਦਾ? ਬਹੁਤ ਵਧੀਆ ਲੱਗਦਾ ਜੀ। ਵਧੀਆ ਲੱਗਦਾ? ਹਾਂਜੀ। ਇੱਕ ਸਮਾਂ ਹੁੰਦਾ ਸੀ ਬਾਈ ਜੀ, ਤੁਸੀਂ ਵੇਖਿਆ ਹੋਣਾ ਜੀ, ਉਹਨਾਂ ਦਿਨਾਂ ਦੇ ਵਿੱਚ ਲੋਕ ਭਾਵੇਂ ਦਿਲ ਦੇ ਚੰਗੇ ਹੁੰਦੇ, ਸਾਫ਼ ਹੁੰਦੇ ਸੀ, ਪਰ ਕਈ ਵਾਰੀ ਉਹਨਾਂ ਦੇ ਸ਼ਬਦਾਂ ਦੇ ਵਿੱਚ ਸਤਿਕਾਰ ਘੱਟ ਹੁੰਦਾ ਸੀ, ਉਹਨਾਂ ਨੇ ਹਮੇਸ਼ਾ ਕਹਿਣਾ ਗਾਉਣ ਵਾਲੀ ਆ ਗਈ ਬਾਈ, ਗਾਉਣ ਵਾਲੀ। ਬਿਲਕੁਲ ਜੀ। ਉਹ ਗੱਲਾਂ ਹੁਣ ਤੇ ਰਹੀਆਂ ਨਹੀਂ, ਹੁਣ ਤੇ ਪਿਆਰ ਨਾਲ ਸਤਿਕਾਰ ਨਾਲ ਲੋਕ ਕਹਿੰਦੇ ਬਾਈ ਜੀ ਕਲਾਕਾਰ ਆਏ। ਬਿਲਕੁਲ ਜੀ, ਬਿਲਕੁਲ। ਸੋ ਉਹ ਵੀ ਕਦੇ ਹਰਮਨਦੀਪ ਤੁਹਾਡੇ ਦਿਲ ਦੇ ਵਿੱਚ ਆਉਂਦਾ, ਕਦੇ ਇੱਦਾਂ ਕਦੇ ਸੁਣਿਆ ਸੀ ਤੁਸੀਂ ਇਹ ਲਫ਼ਜ਼? ਸੁਣਿਆ ਤਾਂ ਸੀ ਜੀ, ਪਰ ਸ਼ੌਂਕ ਬਹੁਤ ਜ਼ਿਆਦਾ ਸੀਗਾ। ਅੱਛਾ, ਹਾਂਜੀ। ਸੋ ਘਰਦਿਆਂ ਨੇ ਕਦੇ ਕੋਈ ਟੋਕਾ ਟਕਾਈ? ਨਹੀਂ, ਟੋਕਾ ਟਕਾਈ ਤਾਂ ਨਹੀਂ ਕੀਤੀ। ਉਹ ਕਹਿੰਦੇ ਸੀ ਕਿ ਪਹਿਲ ਪੜ੍ਹਾਈ ਨੂੰ ਦਿਓ। ਅੱਛਾ, ਫਿਰ ਉਹਨਾਂ ਦੀ ਇੱਛਾ ਵੀ ਪੂਰੀ ਕੀਤੀ, ਦਿੱਤੀ ਪੜ੍ਹਾਈ ਨੂੰ। ਹਾਂਜੀ ਬਿਲਕੁਲ ਜੀ, ਹਰਮਨ MMA BEd ਹੈ, ਅਤੇ ਇਹ ਬਸ ਵੀ ਸ਼ੌਕ ਜਿਹੜਾ ਉਹ ਪ੍ਰੋਫੈਸ਼ਨ ਬਣ ਗਿਆ ਹੌਲੀ ਹੌਲੀ, ਫਿਰ ਇਸ ਕਰਕੇ ਦੋਵਾਂ ਦਾ ਜਦੋਂ ਸਾਡਾ ਮੇਲ ਹੋ ਗਿਆ ਤਾਂ ਉਹ ਫਿਰ ਚਾਰ ਚੰਨ ਲੱਗ ਗਏ। ਬਿਲਕੁਲ ਜੀ, ਬਿਲਕੁਲ। ਹੁਣ ਮੈਨੂੰ ਦੱਸੋ ਬਾਈ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤਪੱਸਿਆ ਕੀਤੀ ਹੈ 2002 ਤੋਂ ਬਾਅਦ ਜੀ, ਉਸ ਤੋਂ ਬਾਅਦ ਵਿੱਚ ਵਿਚਾਲੇ ਦੀ ਗੀਤ ਟਾਵਾਂ ਟਾਵਾਂ ਕਰਦੇ ਰਹੇ? ਬਿਲਕੁਲ ਜੀ, ਗੀਤ ਕਰਦੇ ਰਹੇ, ਪਰ ਇਹ ਸੀਗਾ ਵੀ ਜਿੱਦਾਂ ਗੀਤ ਇੱਕ ਅੱਧਾ ਕਿਤੇ ਨਾ ਕਿਤੇ 2-3 ਸਾਲਾਂ ਬਾਅਦ ਕਰੀਦਾ ਸੀ, ਅਤੇ ਉਸ ਤੋਂ ਬਾਅਦ ਬਸ ਜਿਹੜਾ ਮੇਰਾ ਸਰਕਲ ਬਣਿਆ ਹੋਇਆ ਸੀਗਾ ਕਾਲਜ ਟਾਈਮ ਪੜ੍ਹਦੇ,
ਕੋਈ ਕਿਸੇ ਰਿਸ਼ਤੇਦਾਰ ਦਾ ਪ੍ਰੋਗਰਾਮ ਆ ਗਿਆ ਉਹ ਲਾ ਲਿਆ, ਕਿਸੇ ਸੱਜਣ ਦਾ ਮਿੱਤਰ ਦਾ ਆ ਗਿਆ ਉਹ ਲਾ ਲਿਆ, ਇੱਦਾਂ ਕਰਕੇ ਸਟੇਜਾਂ ਵੀ ਨਾਲ ਨਾਲ ਲਾਉਂਦੇ ਰਹੇ। ਪਰ ਤੁਹਾਡਾ ਇੱਕ ਗੀਤ ਹੈ ਬਹੁਤ ਵਧੀਆ ਗੀਤ ਹੈ, ਵੱਖੋ ਵੱਖ ਵਿਅਕਤੀਆਂ ਦੀਆਂ ਮਜ਼ਬੂਰੀਆਂ ਨੇ, ਉਹ ਮਜ਼ਬੂਰੀ ਕਿੰਨੇ ਕੁ 2-3 ਵਰੇ ਹੰਡਾਈ ਜਾਂ ਜ਼ਿਆਦਾ ਜਿਹੜੀ ਉਸ ਦੇ ਵਿੱਚ ਜ਼ਿਕਰ ਆਉਂਦਾ ਕਲਾਕਾਰਾਂ ਦੀ ਮਜ਼ਬੂਰੀ? ਕਾਫੀ ਟਾਈਮ ਹੰਡਾਈ ਜੀ ਮਜ਼ਬੂਰੀ ਉਹ। ਅੱਛਾ, ਇਹ ਅਕਸਰ ਹੀ ਹਰ ਇੱਕ ਦੀ ਮਜ਼ਬੂਰੀ ਹੁੰਦੀ ਜੀ, ਕੋਈ ਵੀ ਕੰਮ ਕਰਦਾ ਜਦੋਂ ਬੰਦਾ ਸ਼ੁਰੂ ਹੁੰਦਾ। ਬਿਲਕੁਲ ਜੀ, ਮੈਂ ਚਾਹੁੰਦਾ ਕਿ ਗੀਤ ਤੁਹਾਡਾ ਬੜਾ ਵਧੀਆ ਜੀ, ਉਹਦੇ ਦੋ ਬੋਲ ਸੁਣਾਓ। ਥੈਂਕ ਯੂ ਜੀ। ਭਾਵੇਂ ਕਿਸੇ ਇੱਕ ਦੀ ਮਜ਼ਬੂਰੀ ਸੁਣਾ ਦਿਓ। ਉਹ ਬੈਨੀਪਾਲ ਸਾਹਿਬ ਫਨੀ ਜੀਆਂ ਗੱਲਾਂ ਹੈ, ਕੌੜੀਆਂ ਸੱਚਾਈਆਂ। ਬਿਲਕੁਲ ਜੀ ਬਿਲਕੁਲ, ਉਹ ਅਲੱਗ ਅਲੱਗ ਮਹਿਕਮਿਆਂ ਦੀ ਗੱਲ, ਉਹਦੇ 'ਚ ਮੈਂ ਤੁਹਾਨੂੰ ਕਲਾਕਾਰਾਂ ਵਾਲਾ ਮਹਿਕਮਾ ਸੁਣਾ ਦਿੰਦਾ ਪਹਿਲਾਂ। ਕਲਾਕਾਰਾਂ ਦੀ ਮਜ਼ਬੂਰੀ ਹੈ ਜੀ, ਤੁਹਾਨੂੰ ਸੁਣਾਉਂਦੇ ਹਾਂ ਜੀ। ਹੋ ਕਲਾਕਾਰ ਨੂੰ ਵੀ ਇੱਦਾਂ ਹੀ ਵਕਤ ਲੰਘਾਉਣਾ ਪੈਂਦਾ ਏ, ਪਹਿਲੇ 2-3 ਸਾਲ ਅਖਾੜਾ ਮੁਫ਼ਤ ਚ ਲਾਉਣਾ ਪੈਂਦਾ ਏ, ਵਿੱਚ ਘਰ ਵਾਲੀ ਦੇ ਗਹਿਣੇ ਛੰਨਾ ਭੰਨ ਬਣਾ ਲੈ ਛੈਣੇ, ਵਿੱਚ ਘਰ ਵਾਲੀ ਦੇ ਗਹਿਣੇ ਛੰਨਾ ਭੰਨ ਬਣਾ ਲੈ ਛੈਣੇ, ਉਹ ਪੈਸੇ ਟੀਵੀ ਵਾਲਿਆਂ ਲੈਣੇ ਹੋਣੀ ਫਿਰ ਮਸ਼ਹੂਰੀ ਆ। ਵਧੀਆ, ਇਹ ਵੀ ਇੱਕ ਮਜ਼ਬੂਰੀ ਆ ਬਈ, ਇਹ ਵੀ ਇੱਕ ਮਜ਼ਬੂਰੀ ਆ, ਇਹ ਵੀ ਇੱਕ ਮਜ਼ਬੂਰੀ ਆ ਬਈ, ਇਹ ਵੀ ਇੱਕ ਮਜ਼ਬੂਰੀ ਆ। ਬਹੁਤ ਵਧੀਆ, ਥੈਂਕ ਯੂ। ਹੁਣ ਕਈ ਵਾਰੀ ਹੁੰਦਾ ਸੀ ਪਹਿਲਾਂ ਪਹਿਲ ਜਦ ਦੋ ਗਾਣੇ ਆਉਂਦੇ ਜੀ, ਇਸੇ ਕਰਕੇ ਸ਼ਾਇਦ ਮੈਂ ਕਈ ਵਾਰੀ ਇਹ ਮਹਿਸੂਸ ਕਰਦਾ ਕਿ ਲੋਕ ਇਸ ਕਿੱਤੇ ਨੂੰ ਵਧੀਆ ਨਹੀਂ ਸੀ ਗਿਣਦੇ, ਲੋਕਾਂ ਨੇ ਮੋਟਰਾਂ ਦੀ ਸੁਣਨਾ। ਬਿਲਕੁਲ ਜੀ। ਹੁਣ ਤਾਂ ਦੁਗਾਣੇ ਬੜੇ ਸਾਫ਼ ਸੁਥਰੇ ਪਰਿਵਾਰਕ ਦੁਗਾਣੇ ਨੇ। ਬਿਲਕੁਲ ਜੀ। ਇਸ ਦੇ ਵਿੱਚ ਤੁਸੀਂ ਕਿਹਨੂੰ ਪਹਿਲਾਂ ਸੁਣਦੇ ਹੁੰਦੇ ਸੀ ਜ਼ਿਆਦਾ ਜੀ ਹਰਮਨਦੀਪ? ਐਕਚੁਲੀ ਮੈਂ ਕਾਲਜ ਟਾਈਮ ਦੇ ਵਿੱਚ, ਮੈਨੂੰ ਯੂਥ ਫੈਸਟੀਵਲ ਨੇ ਬਹੁਤ ਕੁਝ ਸਿਖਾਇਆ ਜੀ। ਅੱਛਾ, ਮੈਨੂੰ ਹਿੱਸਾ ਲੈਂਦੇ ਹੁੰਦੇ ਸੀ? ਹਾਂਜੀ ਬਿਲਕੁਲ। ਕੀ ਗਾਉਂਦੇ ਸੀ ਉੱਥੇ? ਮੈਂ ਬੋਲੀਆਂ ਬਹੁਤ ਪਾਈਆਂ ਜੀ। ਕੋਈ ਬੋਲੀ ਸੁਣਾਓ ਫਿਰ। ਹਾਂਜੀ ਜ਼ਰੂਰ। ਤੋ ਕਿਉਂਕਿ ਮੈਨੂੰ ਪਤਾ ਤੁਹਾਡੀਆਂ ਦੋਵਾਂ ਦੀਆਂ ਵੀ ਬੋਲੀਆਂ ਬਹੁਤ ਵਧੀਆ, ਇੱਕ ਗੀਤ ਹੈ ਤੁਹਾਡਾ ਬੋਲੀ। ਜੀ 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 ਜੀ। ਕਦੇ ਹੂੰ ਕਰਕੇ ਕਦੇ ਹਾਂ ਕਰਕੇ, ਕਦੇ ਹੂੰ ਕਰਕੇ ਕਦੇ ਹਾਂ ਕਰਕੇ, ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂ ਕਰਕੇ, ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂ ਕਰਕੇ। ਭਾਅ ਜੀ, ਤੁਹਾਡੀਆਂ ਆਪਸ ਦੇ ਵਿੱਚ ਵੀ ਇੱਕ ਬੋਲੀਆਂ ਵਾਲਾ ਗੀਤ ਬਹੁਤ ਨੋਕ ਝੋਂਕ ਹੈ ਬੋਲੀਆਂ ਦੇ ਵਿੱਚ ਜੀ, ਅੱਗੇ ਚੱਲ ਕੇ ਜੇਕਰ ਉਹ ਦਿਮਾਗ 'ਚ ਚੇਤੇ ਆਇਆ ਤਾਂ ਆਪਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਬਿਲਕੁਲ ਚਾਹਵਾਂਗੇ ਕਿ ਉਹ ਸਾਂਝਾ ਕਰੀਏ। ਅੱਛਾ, ਫਿਰ ਉਹ ਪਹਿਲਾ ਗੀਤ ਕਿਹੜਾ ਸੀ ਤੁਹਾਡਾ, ਜਦੋਂ ਮੀਤ ਬਰਾੜ ਅਤੇ ਹਰਮਨਦੀਪ ਇੱਕ ਦੂਸਰੇ ਨਾਲ ਜੋੜੀ ਬਣਾਉਂਦੇ ਆ ਜੀ, ਅਤੇ ਕਿਹੜਾ ਰਿਕਾਰਡ ਕੀਤਾ ਪਹਿਲਾ ਗੀਤ? ਪਿਆਰ ਦਾ ਨਸ਼ਾ। ਪਿਆਰ ਦਾ ਨਸ਼ਾ, ਬਿਲਕੁਲ ਜੀ। ਨਸ਼ਾ ਬੈਨੀਪਾਲ ਸਾਹਿਬ ਤੁਹਾਨੂੰ ਪਤਾ ਹੀ ਹੈ ਪੰਜਾਬ 'ਚ ਖਾਸ ਕਰਕੇ ਨਸ਼ੇ ਦਾ ਬਹੁਤ ਬਿਲਕੁਲ ਰੁਝਾਨ, ਹਾਂ ਰੁਝਾਨ ਹੈ, ਅਤੇ ਇਸ ਕਰਕੇ ਉਹ ਨਸ਼ਾ ਬੰਦੇ ਨੂੰ ਕਰਨਾ ਚਾਹੀਦਾ, ਪਰ ਨੈਣਾ 'ਚੋਂ ਵੀ ਹੋ ਸਕਦਾ, ਨੈਣਾ 'ਚੋਂ ਵੀ ਹੋ ਸਕਦਾ। ਉਹ ਪਿਆਰ ਦੇ ਨਸ਼ੇ ਦੀ ਗੱਲ ਕੀਤੀ ਸੀ ਜੀ, ਹਰ ਵੇਲੇ ਰਹਿੰਦਾ ਤੇਰੇ ਪਿਆਰ ਦਾ ਨਸ਼ਾ, ਹੋਰ ਨਾ ਕੋਈ ਮਿੱਤਰਾਂ ਨੂੰ ਵੈਲ ਗੋਰੀਏ। ਆਉਣ ਦਿਓ ਜੀ ਫਿਰ ਜੀ। ਦਰਦੀ ਨਾ ਅੱਖਾਂ ਮੈਨੂੰ ਕਹਿਣ ਕੁੜੀਆਂ, ਵੈਲੀ ਹੋ ਗਿਆ ਨੀ ਉਹ ਤਾਂ ਬਾੜਾ ਲੱਗਦਾ, ਦਰਦੀ ਨਾ ਅੱਖਾਂ ਮੈਨੂੰ ਕਹਿਣ ਕੁੜੀਆਂ, ਵੈਲੀ ਹੋ ਗਿਆ ਨੀ ਉਹ ਤਾਂ ਬਾੜਾ ਲੱਗਦਾ, ਹਰ ਵੇਲੇ ਅੱਖ ਤੇਰੀ ਖੜੀ ਰਹਿੰਦੀ ਹੈ, ਮੈਨੂੰ ਕੁਝ ਦਾਲ ਵਿੱਚ ਕਾਲਾ ਲੱਗਦਾ, ਹਰ ਵੇਲੇ ਅੱਖ ਤੇਰੀ ਖੜੀ ਰਹਿੰਦੀ ਹੈ, ਮੈਨੂੰ ਕੁਝ ਦਾਲ ਵਿੱਚ ਕਾਲਾ ਲੱਗਦਾ। ਹੋ ਕਿਵੇਂ ਉਹਦਾ ਧਰਤੀ ਤੇ ਲੱਗੂ ਪੱਬ ਨੀ, ਮਿਲ ਜਾਵੇ ਜਿਹਨੂੰ ਕੱਚੀ ਕੈਲ ਗੋਰੀਏ, ਕਿਵੇਂ ਉਹਦਾ ਧਰਤੀ ਤੇ ਲੱਗੂ ਪੱਬ ਨੀ, ਮਿਲ ਜਾਵੇ ਜਿਹਨੂੰ ਕੱਚੀ ਕੈਲ ਗੋਰੀਏ, ਹਰ ਵੇਲੇ ਰਹਿੰਦਾ ਤੇਰੇ ਪਿਆਰ ਦਾ ਨਸ਼ਾ, ਹੋਰ ਨਾ ਕੋਈ ਮਿੱਤਰਾਂ ਨੂੰ ਵੈਲ ਗੋਰੀਏ, ਹਰ ਵੇਲੇ ਰਹਿੰਦਾ ਤੇਰੇ ਪਿਆਰ ਦਾ ਨਸ਼ਾ, ਹੋਰ ਨਾ ਕੋਈ ਮਿੱਤਰਾਂ ਨੂੰ ਵੈਲ ਗੋਰੀਏ। ਬਹੁਤ ਵਧੀਆ, ਮੈਨੂੰ ਦੱਸਿਓ ਜਦੋਂ ਮੈਂ ਵੇਖਦਾ ਕਈ ਵਾਰੀ ਇਸ ਤਰ੍ਹਾਂ ਦੀਆਂ ਇੰਨੀਆਂ ਉੱਚੀਆਂ ਕੰਪੋਜੀਸ਼ਨ ਧਰਮਪ੍ਰੀਤ ਦੀਆਂ ਹੋਇਆ ਕਰਦੀਆਂ ਸੀ, ਕੰਪੋਜੀਸ਼ਨ ਕੌਣ ਕਰਦਾ ਜੀ ਤੁਹਾਡੇ ਗੀਤਾਂ? ਕੰਪੋਜੀਸ਼ਨ ਜਿੰਨਾ ਕੁ ਹੁਣ ਤੱਕ ਸਾਡੇ ਜਿੰਨੇ ਵੀ ਗਾਣੇ ਆਏ ਜੀ, ਤਕਰੀਬਨ ਸਾਰੀਆਂ ਕੰਪੋਜੀਸ਼ਨ ਮੈਂ ਆਪ ਕੀਤੀਆਂ। ਅੱਛਾ ਜੀ ਜੀ। ਸੋ ਇਹਦਾ ਅਸਰ ਤੁਹਾਨੂੰ ਵੀ ਲੱਗਦਾ ਕਿਤੇ ਨਾ ਕਿਤੇ ਬਾਈ ਧਰਮਪ੍ਰੀਤ ਦਾ? ਬਿਲਕੁਲ ਜੀ, ਮੈਂ ਤਾਂ ਸੋਚਦਾ ਹੁੰਦਾ ਵੀ ਸਾਰਾ ਹੀ ਅਸਰ ਉਹਨਾਂ ਦਾ। ਮੈਂ ਜਦੋਂ ਵੀ, ਕਿਉਂਕਿ ਸਟੇਜਾਂ 'ਤੇ ਵੀ ਅਸੀਂ ਇੱਕ ਕਲੀ ਗਾਉਂਦੇ ਹੁੰਦੇ ਸੀ ਮੈਂ ਅਤੇ ਬਾਈ ਜੀ, ਸ਼ਾਇਦ ਤੁਸੀਂ ਸੁਣਿਆ ਹੋਵੇ ਕਿਤੇ, ਬਿਲਕੁਲ ਜੀ ਪਰੀਆਂ ਦੀ ਪਟਰਾਣੀ, ਅਤੇ ਉੱਦਾਂ ਵੀ ਅੱਖਾਂ ਦੀਆਂ ਨੁੱਕਰਾਂ ਥਾਣੀ ਲਿਖਿਆ ਵੀ ਬਹੁਤ ਕਮਾਲ ਦਾ ਹੈ, ਬਹੁਤ ਸੋਹਣਾ ਲਿਖਿਆ ਜੀ। ਅਤੇ ਉੱਦਾਂ ਵੀ ਜਿੱਦਾਂ ਸਾਡਾ ਮਤਲਬ ਜਦੋਂ ਮੈਂ ਸਟੇਜ 'ਤੇ ਕਿਸੇ ਐਸੀਆਂ ਸਟੇਜਾਂ ਸਾਡੀਆਂ ਕਈ ਹੁੰਦੀਆਂ ਸਟੇਜਾਂ ਵੀ, ਜਦੋਂ ਮੈਂ ਇੱਕ ਗੀਤ ਬਾਈ ਜੀ ਦਾ ਸੁਣਾ ਦਿੰਦਾ ਸਟੇਜ 'ਤੇ, ਫਿਰ ਫਰਮਾਇਸ਼ਾਂ ਆਉਣ ਲੱਗ ਜਾਂਦੀਆਂ ਜੀ ਬਾਈ ਜੀ ਦੇ। ਬਿਲਕੁਲ ਜੀ ਬਿਲਕੁਲ, ਦਿਲ ਨਾਲ ਖੇਡਦੀ ਰਹੀ ਕਨੇਡਾ ਜਾਣੋ ਰੋਕ ਪੁੱਤ ਨੂੰ, ਇੰਨਾ ਕਦੇ ਵੀ ਨਹੀਂ ਰੋਇਆ, ਫਿਰ ਉਹ ਮਤਲਬ ਮੈਂ ਸਾਰੀਆਂ ਫਰਮਾਇਸ਼ਾਂ ਉਹ ਵੀ ਪੂਰੀਆਂ ਕਰੀ ਦੀਆਂ ਜੀ। ਇੱਕ ਸੱਚੀ ਸ਼ਰਧਾਂਜਲੀ ਹੈ ਬਿਲਕੁਲ ਵਿਛੜੀ ਰੂਹ ਨੂੰ। ਦੋਸਤੋ, ਇਸ ਸਮੇਂ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਵੇਖ ਰਹੇ ਹੋ, ਸਾਡਾ ਇਹ ਪ੍ਰੋਗਰਾਮ ਜਿਸ ਮੁਲਕ ਵਿੱਚ ਜਿਸ ਕੋਨੇ ਵਿੱਚ ਬੈਠ ਕੇ ਤੁਸੀਂ ਵੇਖ ਸੁਣ ਰਹੇ ਹੋ, ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗ ਰਿਹਾ ਹੋਵੇਗਾ। ਸਾਡੇ ਮਹਿਮਾਨ ਹਨ ਮੀਤ ਬਰਾੜ ਅਤੇ ਹਰਮਨਦੀਪ, ਵਾਪਸ ਆਉਣੇ ਹੈ ਇਹਨਾਂ ਕੁਝ ਮਸ਼ਹੂਰੀ ਤੋਂ ਬਾਅਦ।
ਦੋਸਤੋ ਇੱਕ ਵਾਰੀ ਫਿਰ ਜੀਆਂ ਨੂੰ ਆਖ ਰਿਹਾ ਤੇ ਆਓ ਅੱਜ ਇਸ ਗੱਲਬਾਤ ਨੂੰ ਦੁਗਾਣਾ ਜੋੜੀ ਦੇ ਨਾਲ ਹੋਰ ਅੱਗੇ ਵਧਾਉਂਦੇ ਹਾਂ। ਜੇਕਰ ਟੀ ਵੀ ਸੈੱਟ ਹੁਣੇ ਹੁਣੇ ਟਿਊਨ ਕੀਤੇ ਨੇ, ਮੈਂ ਤੁਹਾਡੀ ਜਾਣਕਾਰੀ ਹਿੱਤ ਦੱਸਦੇ ਹਾਂ ਕਿ ਆ ਸਾਡੇ ਮਹਿਮਾਨ ਮੀਤ ਬਰਾੜ ਅਤੇ ਹਰਮਨਦੀਪ ਨੇ, ਜਿਨ੍ਹਾਂ ਦੇ ਬਹੁਤ ਸਾਰੇ ਦੁਗਾਣੇ ਨੇ ਜਿਸ ਦੇ ਵਿੱਚ ਅਸੀਂ ਰੰਗ ਭਰਦੇ ਜਾਣਾ ਹੈ, ਕੋਈ ਨਾ ਕੋਈ ਗੀਤ, ਕੋਈ ਨਾ ਕੋਈ ਨਮੂਨਾ ਤੁਹਾਡੇ ਸਨਮੁੱਖ ਕਰਦੇ ਜਾਣਾ ਹੈ। ਜਦੋਂ ਪਹਿਲਾ ਗੀਤ ਤੁਹਾਡਾ ਪਿਆਰ ਦਾ ਨਸ਼ਾ ਆ ਗਿਆ ਜੀ, ਇਹਦੀ ਆਲੇ ਦੁਆਲੇ ਚਾਰ ਚੁਫੇਰੇ ਚਰਚਾ ਹੋਣ ਲੱਗ ਪਈ ਜਾਂ ਕਿਸੇ ਏਰੀਏ ਤੱਕ ਸੀਮਤ ਰਿਹਾ ਜੀ? ਵੇਖੋ ਜੀ, ਜਿਵੇਂ ਮੈਂ ਇੱਕ ਦੇਬੀ ਸਾਹਿਬ ਦੀ ਇੱਕ ਗੱਲ ਸੀ, ਦੇਬੀ ਮਖਸੂਸਪੁਰੀ ਸਾਹਿਬ ਨੇ ਕਿਹਾ ਸੀ, ਕਹਿੰਦੇ ਵੀ ਸਿੰਗਰ ਉਹ ਹੈ ਜਿਹਨੂੰ ਪਹਿਲਾਂ ਤਾਂ ਘਰਦਿਆਂ ਨੂੰ ਪਤਾ ਹੋਵੇ ਵੀ ਸਾਡਾ ਮੁੰਡਾ ਗਾਉਂਦਾ ਹੈ, ਬਿਲਕੁਲ, ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਪਤਾ ਹੋਵੇ ਵੀ ਇਸ ਪਿੰਡ ਦਾ ਮੁੰਡਾ ਕੋਈ ਗਾਉਂਦਾ ਹੈ, ਬਿਲਕੁਲ, ਉਸ ਤੋਂ ਬਾਅਦ ਆਪਣੇ ਮਤਲਬ ਏਰੀਏ 'ਚ, ਜ਼ਿਲ੍ਹੇ 'ਚ, ਆਲ ਪੰਜਾਬ 'ਚ ਨਾ ਜੀ, ਉਸ ਤੋਂ ਬਾਅਦ ਸਾਡਾ ਮਤਲਬ ਐਕਸਪੀਰੀਅੰਸ ਜਿੰਨਾ ਕੁ ਵੀ ਸੀ, ਮਤਲਬ ਬਹੁਤ ਵਧੀਆ ਸੀ ਉਸ ਗਾਣੇ ਦਾ। ਹਾਂ, ਤਕਰੀਬਨ ਵਧੀਆ ਰਿਸਪੋਂਸ ਮਿਲਿਆ ਸਾਨੂੰ, ਅਤੇ ਪੰਜਾਬ 'ਚ ਤਾਂ ਤਕਰੀਬਨ ਸਾਰੇ ਪਿੰਡਾਂ ਵਾਲੇ ਸਰੋਤੇ ਸਾਡੇ, ਖਾਸ ਕਰਕੇ ਪੇਂਡੂ ਸਰੋਤੇ ਆ ਜੀ। ਅੱਛਾ, ਮੈਨੂੰ ਦੱਸਿਓ ਜੀ, ਜਦੋਂ ਤੁਸੀਂ ਪਹਿਲਾਂ ਪਿਆਰ ਦਾ ਨਸ਼ਾ ਗੀਤ ਕਰ ਲਿਆ ਜੀ, ਇਹ ਉਦੋਂ ਹੀ ਸੋਚ ਕੇ ਕੀਤਾ ਸੀ ਕਿ ਹਰਮਨਦੀਪ ਨਾਲ ਹੁਣ ਪੱਕੀ ਜੋੜੀ ਹੋਏਗੀ ਜਾਂ ਸਿਰਫ਼ ਵੈਸੇ ਕੀਤਾ ਸੀ? ਨਹੀਂ, ਗਾਣਾ ਤਾਂ ਚਲੋ ਵੈਸੇ ਕੀਤਾ ਸੀ। ਅੱਛਾ, ਹਾਂ, ਉਸ ਤੋਂ ਬਾਅਦ ਫਿਰ ਇਹ ਪਰਮਾਤਮਾ ਨੇ ਤੁਹਾਨੂੰ ਪਤਾ ਜੋੜੀਆਂ ਬਣਾਈਆਂ, ਅਤੇ ਪੱਕੀ ਜੋੜੀ, ਬਿਲਕੁਲ ਜੀ, ਪੱਕੀ ਜੋੜੀ ਬਣ ਗਈ ਫਿਰ ਜੀ। ਹਰਮਨਦੀਪ, ਤੁਸੀਂ ਬਹੁਤ ਸਾਰੇ ਕਲਾਕਾਰ ਹੋਰ ਵੀ ਸੁਣੇ ਹੋਣਗੇ, ਵੇਖੇ ਹੋਣਗੇ, ਇਹਨਾਂ ਨਾਲ ਹੀ ਸਬੱਬ ਕਿਵੇਂ ਬਣਿਆ? ਪਰਮਾਤਮਾ ਨੇ ਬਣਾਇਆ ਜੀ। ਪਰਮਾਤਮਾ ਨੇ ਬਣਾਇਆ, ਕਿੱਥੇ ਮਿਲੇ, ਕਿਵੇਂ? ਉਹ ਤੁਸੀਂ ਇਹਨਾਂ ਤੋਂ ਹੀ ਪੁੱਛ ਲਓ, ਤੁਸੀਂ ਦੱਸੋ। ਮਿਲਣ ਦਾ ਤਾਂ ਇਹ ਹੈ ਜੀ, ਅਸੀਂ ਐਕਚੁਲੀ ਪ੍ਰੋਗਰਾਮਾਂ ਤੋਂ ਹੀ ਸ਼ੁਰੂ ਕੀਤਾ ਸੀਗਾ। ਅੱਛਾ, ਜਿੱਦਾਂ ਹਰਮਨ ਨੂੰ ਇਹ ਕਾਲਜ ਟਾਈਮ ਦੀ ਗੱਲ ਹੈ ਵੀ ਇਹ ਮਤਲਬ ਕਿਸੇ ਇਹਨਾਂ ਨੇ ਕੋਈ ਸਟੇਜ ਨਹੀਂ ਕੀਤੀ ਸੀ ਪ੍ਰੋਫੈਸ਼ਨਲੀ, ਅਤੇ ਉਸ ਤੋਂ ਬਾਅਦ ਫਿਰ ਜਦੋਂ ਕਾਲਜ 'ਚ ਅਸੀਂ ਕਿਤੇ ਇਕੱਠੇ ਹੋਏ, ਅੱਛਾ, ਉਸ ਤੋਂ ਬਾਅਦ ਫਿਰ ਅਸੀਂ ਮਤਲਬ ਸੋਚਿਆ ਵੀ ਇਹਨੂੰ ਆਪਾਂ ਕਿਉਂ ਨਾ ਪ੍ਰੋਫੈਸ਼ਨਲੀ ਬਣਾ ਲਈਏ। ਬਿਲਕੁਲ ਜੀ, ਉਸ ਤੋਂ ਪਿਆਰ ਦੇ ਨਸ਼ੇ ਤੋਂ ਬਾਅਦ ਕਿੰਨੀ ਕੁ ਦੇਰ ਬਾਅਦ ਗੀਤ ਕੀਤਾ ਜੀ? ਪਿਆਰ ਦੇ ਨਸ਼ੇ ਤੋਂ ਬਾਅਦ ਫਿਰ ਅਸੀਂ ਕਰਦੇ ਰਹੇ ਹਾਂ ਤਕਰੀਬਨ। ਹਾਂ, ਫਿਰ ਇੱਕ ਢਾਬੇ 'ਤੇ ਲੈ ਜਾ ਯਾਰਾਂ ਨੂੰ ਤੁਸੀਂ। ਹਾਂਜੀ, ਗੀਤ ਨੇ ਮੇਰੇ ਖਿਆਲ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਆਪਾਂ ਜੇਕਰ ਗੱਲ ਕਰੀਏ ਜਾਂ ਦੁਗਾਣਾ ਜੋੜੀਆਂ ਦੇ ਵਿੱਚ ਜੇਕਰ ਸ਼ੁਮਾਰ ਹੋਣ ਲੱਗਾ ਤੁਹਾਡਾ ਨਾਮ, ਮੈਂ ਮਹਿਸੂਸ ਕਰਦਾ ਕਿ ਉਸ ਗੀਤ ਨੇ ਕਰ ਲਾਇਆ। ਬਿਲਕੁਲ ਜੀ, ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ। ਸਾਨੂੰ, ਮੈਂ ਕਹਿੰਦਾ ਹੁੰਦਾ ਵੀ ਢਾਬੇ ਵਾਲੇ ਗਾਣੇ ਨੇ ਸਾਨੂੰ ਰੋਟੀ ਪਾਇਆ। ਬਿਲਕੁਲ, ਢਾਬੇ ਦੀ ਰੋਟੀ, ਬਿਲਕੁਲ ਜੀ, ਬਿਲਕੁਲ, ਰੋਟੀ ਪਾਣੀ ਆਪਾਂ ਇਹਨਾਂ ਦਾ ਪ੍ਰਬੰਧ ਕਰ ਦਈਏ ਜਿਹੜੇ ਬੈਠੇ ਵੇਖਦੇ। ਬਿਲਕੁਲ ਜੀ, ਇੱਕ ਪਰਿਵਾਰਕ ਜੀ ਸਟੋਰੀ ਹੈ, ਕੀ ਲਿਖਿਆ ਬਾਈ ਸੇਮੇ ਤਲਵੰਡੀ ਵਾਲੇ ਨੇ, ਉਹ ਲਿਖਦੇ ਬੜਾ ਕਮਾਲ ਦੇ। ਬਿਲਕੁਲ ਜੀ, ਬਿਲਕੁਲ, ਸੇਮੇ ਤਲਵੰਡੀ ਵਾਲੇ ਦੀ ਕਲਮ ਨੂੰ ਵੀ ਸਲਾਮ ਹੈ, ਤੇ ਦੂਸਰਾ ਦੁਗਾਣਿਆਂ ਦੇ ਵਿੱਚ ਗੁਰਤੇਜ ਉਗੋ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ, ਗੁਰਤੇਜ ਉਗੋ ਦੇ ਵੀ ਕਾਫੀ ਗਾਣੇ ਕੀਤੇ, ਉਹ ਵੀ ਤੁਹਾਨੂੰ ਸੁਣਾਉਣੇ ਹੈਗੇ। ਢਾਬੇ ਵਾਲੇ ਗਾਣਿਆਂ ਦੀ ਤੁਹਾਨੂੰ ਸੁਣਾਉਣੇ ਆ। ਹਾਂਜੀ, ਹੋ ਇੱਕ ਨਹੀਂ ਦੋ ਤਿੰਨ ਚਾਰ ਆਏ ਆ, ਨੀ ਨਾਲ ਪੁਰਾਣੇ ਯਾਰ ਆਏ ਆ, ਇੱਕ ਨਹੀਂ ਦੋ ਤਿੰਨ ਚਾਰ ਆਏ ਆ, ਨਾਲ ਪੁਰਾਣੇ ਯਾਰ ਆਏ ਆ, ਮਿੰਟ ਮਾਰ ਤੂੰ ਟਾਈਮ ਲਾਈ ਨਾ, ਮਿੰਟ ਮਾਰ ਤੂੰ ਟਾਈਮ ਲਾਈ ਨਾ, ਫੁਰਤੀ ਅੱਜ ਵਿਖਾ ਦੇ ਨੀ, ਧੜਕੇ ਦੇ ਭੁੱਖੇ ਫਿਰਦੇ ਆ, ਛੇਤੀ ਕਰ ਰੋਟੀ ਲਾ ਦੇ ਨੀ, ਧੜਕੇ ਦੇ ਭੁੱਖੇ ਫਿਰਦੇ ਆ, ਛੇਤੀ ਕਰ ਰੋਟੀ ਲਾ ਦੇ ਨੀ, ਇੱਕ ਤਾਂ ਟੱਲੀ ਹੋ ਕੇ ਆਇਆ ਤੇ ਦੂਜਾ ਢਾਣੀ ਨਾਲ ਲਿਆਇਆ, ਹਾਂ ਇੱਕ ਤਾਂ ਟੱਲੀ ਹੋ ਕੇ ਆਇਆ ਦੂਜਾ ਢਾਣੀ ਨਾਲ ਲਿਆਇਆ, ਆ ਵੇਖ ਸਾਹਮਣੇ ਟਾਈਮ ਪੀਸ ਤੇ, ਵੇਖ ਸਾਹਮਣੇ ਟਾਈਮ ਪੀਸ ਤੇ ਚੜ ਗਈ ਸੂਈ ਬਾਰਾਂ ਨੂੰ, ਮੈਂ ਕਿੱਥੇ ਟੱਕਰਾਂ ਮਾਰੂ ਵੇ ਢਾਬੇ ਤੇ ਲੈ ਜਾ ਯਾਰਾਂ ਨੂੰ, ਮੈਂ ਕਿੱਥੇ ਟੱਕਰਾਂ ਮਾਰੂ ਵੇ ਢਾਬੇ ਤੇ ਲੈ ਜਾ ਯਾਰਾਂ ਨੂੰ। ਅੱਛਾ, ਫਿਰ ਗੱਲ ਬਣ ਗਈ। ਬਿਲਕੁਲ ਜੀ, ਬਿਲਕੁਲ, ਢਾਬੇ ਵਾਲੇ ਗਾਣੇ ਤੋਂ ਫਿਰ ਬਾਅਦ ਅਸੀਂ ਪਿੱਛੇ ਮੁੜ ਕੇ ਨਹੀਂ ਵੇਖਿਆ, ਫਿਰ ਉਸ ਤੋਂ ਬਾਅਦ ਨਾਨਕਾ ਮੇਲ, 16 ਕਿੱਲਿਆਂ ਦਾ ਵੇਖਿਆ ਪਹਿਲਾਂ ਟੱਕ ਤੇਰੇ ਬਾਪੂ ਨੇ, ਮਤਲਬ ਕੋਸ਼ਿਸ਼ ਇਹ ਸੀ ਬੈਨੀਪਾਲ ਸਾਹਿਬ ਵੀ ਪਰਿਵਾਰ ਕੇ ਦੁਗਾਣੇ ਹੋਣ ਜਿਹਨੂੰ ਪੂਰਾ ਪਰਿਵਾਰ ਬੈਠ ਕੇ, ਕਿਉਂਕਿ ਗਾਣੇ ਪਹਿਲਾਂ ਜਿੱਦਾਂ ਇਕੱਲੇ ਸੁਣੇ ਜਾਂਦੇ ਸੀ, ਹੁਣ ਤਾਂ ਵੇਖੋ ਜੀ ਨਾਲ ਵੇਖੇ ਵੀ ਜਾਂਦੇ ਆ, ਅਤੇ ਕੋਸ਼ਿਸ਼ ਇਹ ਹੁੰਦੀ ਆ ਵੀ ਸੁਣਨ 'ਚ ਵੀ ਕੋਈ ਪਰਿਵਾਰ ਹੈ, ਕਿਸੇ ਨੂੰ ਟੀ ਵੀ ਚੈਨਲ ਚੇਂਜ ਕਰਨ ਦੀ ਪ੍ਰੋਬਲਮ ਨਾ ਆਵੇ। ਵੇਖ ਕੇ, ਬਿਲਕੁਲ ਜੀ, ਬਿਲਕੁਲ, ਵੇਖ ਕੇ ਵੀ ਕੋਈ ਇਸ ਤਰ੍ਹਾਂ ਦਾ ਵੀਡੀਓ ਨਾ ਕਰੀਏ ਜਿਹੜਾ ਕੋਈ ਪਰਿਵਾਰ ਦੇ ਵਿੱਚ ਬੈਠ ਕੇ ਨਾ ਵੇਖਿਆ ਜਾ ਸਕੇ। ਪਰ ਬਹੁਤ ਸਾਰੇ ਲੋਕ ਨੇ, ਮੈਂ ਵੇਖਿਆ ਥੋੜ੍ਹਾ ਬਹੁਤ ਲੋਕ ਜਦੋਂ ਉਹਨਾਂ ਨੂੰ ਸੁਣਨ ਲੱਗ ਜਾਂਦੇ ਨੇ ਫਿਰ ਆਪ ਖੁਦਰੀਆਂ ਜੀਆਂ ਕਰਨ ਲੱਗ ਪੈਂਦੇ ਆ ਕਿ ਥੋੜ੍ਹਾ ਇੱਕ ਅੱਧਾ ਸਟੈਪ ਹੋਰ ਉੱਤੇ ਵਧੀਏ, ਕਦੇ ਤੁਹਾਡੀ ਜੋੜੀ ਨੇ ਨਹੀਂ ਸੋਚਿਆ? ਨਹੀਂ ਜੀ, ਬਿਲਕੁਲ ਨਹੀਂ, ਸਾਨੂੰ ਅਜੇ ਤੱਕ ਮਤਲਬ ਹੁਣ ਤੱਕ ਜੇ ਕਹੀਏ ਤਾਂ ਬਹੁਤ ਵਧੀਆ, ਜਿਹੜਾ ਵੀ ਅਸੀਂ ਗਾਣਾ ਕਰਦੇ ਹਾਂ ਲੋਕਾਂ ਵੱਲੋਂ ਬਹੁਤ ਵਧੀਆ ਰਿਸਪੋਂਸ ਮਿਲਦਾ, ਅਤੇ ਇਹੀ ਫੋਨ ਕਾਲਸ ਆਉਂਦੀਆਂ ਵੀ ਤੁਸੀਂ ਪਰਿਵਾਰ ਕੀ ਰੱਖੋ ਬਸ। ਬਿਲਕੁਲ ਜੀ, ਅਸੀਂ ਬਿਲਕੁਲ ਜੀ ਅਜੇ ਤੱਕ ਤਾਂ ਇਹੀ ਸੋਚਿਆ, ਬਾਕੀ ਇਹਦੇ 'ਚ ਇਹ ਹੁੰਦਾ ਜੀ ਸਿੰਗਰ ਦਾ ਮੇਰੇ ਖਿਆਲ 'ਚ ਇਕੱਲੇ ਦਾ ਕਸੂਰ ਨਹੀਂ ਹੁੰਦਾ, ਸਰੋਤਿਆਂ ਦਾ ਵੀ ਕਸੂਰ ਹੁੰਦਾ। ਬਿਲਕੁਲ ਜੀ, ਜੇ ਮਾੜੀ ਚੀਜ਼ ਸਰੋਤੇ ਨਾ ਸੁਣਨ, ਕਲਾਕਾਰ ਦੀ ਹਿੰਮਤ ਨਹੀਂ ਪੈਂਦੀ ਜੀ, ਵੇਖੋ ਕਿੰਨਾ ਮਹਿੰਗਾ
ਬਿਲਕੁਲ ਸੌਦਾ ਹੋ ਗਿਆ ਇਹ। ਹਾਂਜੀ ਹਰਮਨਦੀਪ, ਹੁਣ ਇਹ ਨਾ ਤੁਸੀਂ, ਕਿਉਂਕਿ ਇਹ ਵੀ ਇਹਨਾਂ ਤੋਂ ਪੁੱਛ ਲੈ, ਜਿਹੜੇ ਗੀਤ ਤੁਹਾਡੇ ਕੋਲ ਆਉਂਦੇ ਆ ਭਾਵੇਂ ਉਹ ਸੇਮੇ ਦੇ ਨੇ, ਗੁਰਤੇਜ ਹੋਰਾਂ ਦੇ ਨੇ, ਜਾਂ ਹੋ ਸਕਦਾ ਹੋਰ ਲੋਕਾਂ ਦੇ ਵੀ ਤੁਸੀਂ ਗਾਉਂਦੇ ਹੋਵੋ, ਜਾਂ ਜਿੱਥੋਂ ਵੀ ਚੰਗੀ ਚੀਜ਼ ਮਿਲਦੀ ਹੋਵੇ ਗਾਉਂਦੇ ਹੋਵੋ, ਉਹਦੇ 'ਚ ਤੁਹਾਡਾ ਵੀ ਕੋਈ ਯੋਗਦਾਨ ਹੁੰਦਾ ਕਿ ਆਪਾਂ ਗਾ ਲਈਏ, ਜਾਂ ਬਸ ਮੀਤ ਨੇ ਜਿਹੜਾ ਲਿਆਂਦਾ ਅਤੇ ਹਰਮਨਦੀਪ ਨੇ ਸਟੈਂਪ ਲਾ ਦਿੱਤੀ? ਨਹੀਂ ਜੀ, ਅਸੀਂ ਦੋਨੋਂ ਪਹਿਲਾਂ ਗੀਤ ਨੂੰ ਪੜ੍ਹਦੇ ਹਾਂ, ਫਿਰ ਵਿਚਾਰਦੇ ਹਾਂ ਵੀ ਨਹੀਂ ਆਹ ਆਪਣੇ ਵਾਸਤੇ ਠੀਕ ਹੈ। ਅੱਛਾ, ਇਸ ਤਰ੍ਹਾਂ ਅਸੀਂ ਸਿਲੈਕਸ਼ਨ ਕਰਦੇ। ਕਦੇ ਇਹ ਹੋਇਆ ਤੁਸੀਂ ਕਹੀ ਜਾਂਦੇ ਹੋਵੋ ਠੀਕ ਹੈ, ਇਹ ਕਹਿੰਦੇ ਹੁਣ ਨਹੀਂ, ਜਾਂ ਇਹ ਕਹੀ ਜਾਂਦੇ ਹੁਣ ਠੀਕ ਹੈ ਤੁਸੀਂ ਕਹਿੰਦੇ ਹੋਵੋ ਨਹੀਂ, ਕਦੀ ਹੋਇਆ? ਹੋਇਆ ਤਾਂ 100% ਨਹੀਂ, ਸਾਡੀ ਸੋਚ ਮਿਲਦੀ ਹੈ ਇਸ ਮਾਮਲੇ 'ਚ, ਸੋਚ ਤੇ ਮਿਲਦੀ ਹੈ। ਕਈ ਵਾਰੀ ਮੈਨੂੰ ਲੱਗਦਾ ਹੁੰਦਾ ਵੀ ਮੈਂ ਮਹਿਸੂਸ ਕਰਦਾ ਹੁੰਦਾ, ਅਸੀਂ ਵੀ ਕਿੰਨੇ ਜਦੋਂ ਗੀਤ ਅਸੀਂ ਵੀ ਬਹੁਤ ਸਾਰੇ ਕਰੀਦੇ ਆ, ਤੂੰ ਬੈਠ ਕੇ ਕਹੀ ਨਹੀਂ ਯਾਰ ਆਹ ਬਹੁਤ ਵਧੀਆ ਜਗ੍ਹਾ, ਨਹੀਂ ਨਹੀਂ ਯਾਰ ਇਹ ਯਾਰ ਇਹਦੇ ਨਾਲੋਂ ਆਹ ਵਧੀਆ, ਨਹੀਂ ਸਾਡੀ ਸਿਲੈਕਸ਼ਨ ਇੱਕੋ ਜੀ ਹੈ ਜੀ, ਇੱਕੋ ਜੀ ਹੈ। ਕਿਉਂਕਿ ਅੱਗੇ ਨਾਲੋਂ ਮੈਂ ਇਸ ਕਰਕੇ ਕਹਿੰਦਾ, ਅੱਗੇ ਤਾਂ ਹੁੰਦਾ ਅਸੀਂ 8-10 ਗੀਤ ਕਰਨੇ ਹੁੰਦੇ ਸੀ, ਹੁਣ ਗੀਤ ਇੱਕ ਕਰਨਾ, ਗੀਤ ਕਈ ਵਾਰੀ 4 ਤੁਹਾਡੇ ਕੋਲ ਵਧੀਆ ਪਏ ਹੁੰਦੇ ਨੇ। ਬਿਲਕੁਲ, ਕਦੇ ਇੰਝ ਨਹੀਂ ਹੁੰਦਾ ਯਾਰ ਆਹ ਨਹੀਂ ਪਹਿਲਾਂ ਜਾਂ ਕਰ ਲਈਏ, ਆਹ ਨਹੀਂ ਜਾਂ ਕਰ ਲਈਏ? ਵੇਖੋ ਜੀ, ਇਹ ਹੈ ਵੀ ਗੀਤ ਅਸੀਂ ਤਕਰੀਬਨ 3-4 ਕਰਕੇ ਰੱਖਦੇ ਹਾਂ ਆਡੀਓ। ਅੱਛਾ, ਹਾਂ ਫਿਰ ਉਹ ਵੇਖੀਦਾ ਜਿੱਦਾਂ ਮੰਨ ਲਓ ਕੋਈ ਵਿਆਹਾਂ ਦਾ ਸੀਜ਼ਨ ਚੱਲ ਪੈਂਦਾ, ਫਿਰ ਉਦੋਂ ਸੋਚੀਦਾ ਵੀ ਹੁਣ ਕੋਈ ਵਿਆਹਾਂ ਵਾਲਾ ਗਾਣਾ ਕਰ ਲਈਏ, ਜਿੱਦਾਂ ਕੋਈ ਮੇਲਿਆਂ ਦਾ ਸੀਜ਼ਨ ਹੁੰਦਾ ਜਦੋਂ ਮੇਲਿਆਂ, ਹਾਂ ਉਦੋਂ ਫਿਰ ਉਸ ਤਰ੍ਹਾਂ ਦਾ ਕੋਈ ਨਾ ਕੋਈ। ਕਈ ਇਸ ਤਰ੍ਹਾਂ ਦੇ ਵੀ ਗੀਤ ਨੇ ਉਹ ਸੀਜ਼ਨਲ ਹੁੰਦੇ ਹੀ ਨਹੀਂ, ਕਾਲਜੀਟਾਂ ਦਾ ਕਰਦੇ ਹੋ ਜਾਂ ਕਿਸੇ ਹੋਰ ਦਾ ਕਰਦੇ ਹੋ, ਪਿਆਰ ਮੁਹੱਬਤ ਦਾ ਤਾਂ ਲਗਭਗ ਸੀਜ਼ਨ ਚੱਲਦਾ। ਬਿਲਕੁਲ ਜੀ ਬਿਲਕੁਲ, ਇਹ ਸਦਾਬਹਾਰ ਹੀ ਹੁੰਦੇ ਜੀ ਇਹਦਾ, ਚਲੋ ਅਤੇ ਉਹ ਵੀ ਮਤਲਬ ਇਹ ਹੁੰਦਾ ਜੀ ਹੁੰਦੇ ਉਹ ਵੀ ਸਦਾਬਹਾਰ ਹੀ ਹੈ, ਜਿੱਦਾਂ ਜਦੋਂ ਆਪਾਂ ਗਾਣਾ ਰਿਲੀਜ਼ ਕਰਨਾ ਹੁੰਦਾ ਉਦੋਂ ਵੇਖ ਲਈਦਾ ਵੀ ਹੁਣ ਸੀਜ਼ਨ ਕੀ ਹੈ। ਸਰ ਤੁਸੀਂ ਦੋਵੇਂ ਜਣੇ ਇਸ ਦੌੜ 'ਚ ਪਹਿਨੇ ਹੋ ਜੀ ਕਿ ਇਸ ਵੇਲੇ ਜੀ ਫਲਾਣਾ ਮਿਊਜ਼ਿਕ ਡਾਇਰੈਕਟਰ ਚੱਲਦਾ, ਇਸ ਵੇਲੇ ਫਲਾਣਾ ਗੀਤਕਾਰ ਚੱਲਦਾ, ਪਰ ਮੈਂ ਬਹੁਤ ਸਾਰੇ ਲੋਕਾਂ ਨੂੰ ਵੇਖਦਾ ਉਹ ਹੁੰਦਾ ਵੀ 6 ਮਹੀਨੇ ਸਾਲ ਸਾਡੇ ਪੰਜਾਬੀ ਕਲਾਕਾਰ ਇੱਕ ਬੰਦੇ ਨੂੰ ਅਮੀਰ ਕਰਨ ਲੱਗੇ ਹੁੰਦੇ ਨੇ, ਭਾਵੇਂ ਕੋਈ ਗੀਤਕਾਰ ਹੈ ਭਾਵੇਂ ਕੋਈ ਗਾਇਕ ਹੈ। ਹਾਂਜੀ ਹਾਂਜੀ, ਤੁਸੀਂ ਵੀ ਇਸ ਦੌੜ 'ਚ ਹੁੰਦੇ ਹੋ? ਨਹੀਂ ਜੀ, ਮੈਂ ਇਸ ਗੱਲ 'ਚ ਨਹੀਂ, ਮਤਲਬ ਮੈਂ ਤਾਂ ਇਹ ਹੁੰਦਾ ਵੀ ਮੇਰਾ ਸ਼ੁਰੂ ਤੋਂ ਲੈ ਕੇ ਇਹ ਮੇਰੀ ਇੱਕ ਟੀਮ ਬਣੀ ਹੋਈ ਹੈ। ਅੱਛਾ ਜੀ, ਅਸੀਂ ਉਸੇ ਟੀਮ 'ਚ ਹੀ ਕੰਮ ਕਰਦੇ ਹਾਂ, ਬਹੁਤ ਲੋਕ ਕਹਿਣ ਵਾਲੇ ਹੁੰਦੇ ਤੁਸੀਂ ਉਹਦਾ ਗਾਣਾ ਕਰੋ, ਉਹਦਾ ਮਿਊਜ਼ਿਕ ਕਰਵਾਓ, ਉੱਥੋਂ ਵੀਡੀਓ ਕਰਵਾਓ, ਪਰ ਜਿਹੜੀ ਮੇਰੀ ਟੀਮ ਹੈ ਅਸੀਂ ਉਹ ਟੀਮ ਦੇ ਅਕੋਰਡਿੰਗ ਚੱਲਦੇ ਹਾਂ, ਮਤਲਬ ਉੱਥੋਂ ਹੀ ਕਰਵਾਈਦਾ ਜੋ ਵੀ ਕਰਨਾ ਹੁੰਦਾ। ਅੱਛਾ, ਗੀਤ ਵੀ ਉਹਨਾਂ ਤੋਂ ਹੀ ਲਈਦੇ? ਬਿਲਕੁਲ ਜੀ ਬਿਲਕੁਲ, ਚਾਹੇ ਬਾਹਰਲਾ ਬਹੁਤ ਵਧੀਆ ਲਈ ਬੈਠਾ ਹੋਵੇ। ਨਹੀਂ ਇਹ ਕੋਈ ਜ਼ਰੂਰੀ ਨਹੀਂ ਜੀ, ਜੇ ਕੋਈ ਵਧੀਆ ਹੋਵੇ ਗਾਣਾ ਉਹ ਕਰੀਦਾ, ਇਸ ਤਰ੍ਹਾਂ ਦੀ ਗੱਲ ਨਹੀਂ। ਹੁਣ ਤੱਕ ਮੈਂ ਵੇਖਦਾ ਹੈ ਪਹਿਲਾਂ ਪਹਿਲ 2002 ਦੀ ਗੱਲ ਕਰੀਏ, ਮੇਰੇ ਖਿਆਲ 10-11 ਤੱਕ ਵੀ ਕਰੀਏ, ਟੇਪਾਂ ਵਿਕਦੀਆਂ, ਸੀਡੀਜ਼ ਵਿਕਦੀਆਂ ਜੀ, ਹੁਣ ਉਹ ਜ਼ਮਾਨਾ ਲੱਗ ਗਿਆ ਜੀ, ਹੁਣ ਕਿਵੇਂ ਪਤਾ ਲੱਗਦਾ ਤੁਹਾਨੂੰ ਆਪਣਾ ਗੀਤ ਹਿੱਟ ਹੋ ਗਿਆ? ਗੀਤ ਵੇਖੋ ਜੀ, ਮੈਂ ਤਾਂ ਗੀਤ ਹਿੱਟ ਹੋਏ ਨੂੰ ਨਹੀਂ ਕੋਈ ਤਰਜੀਹ ਦਿੰਦਾ, ਕਿਉਂਕਿ ਕਲਾਕਾਰ ਕੋਲ ਮੈਂ ਕਹਿੰਦਾ ਜਿਹਦੇ ਕੋਲ ਪ੍ਰੋਗਰਾਮ ਹੈ, ਸਟੇਜੀ ਪ੍ਰੋਗਰਾਮ, ਜਿਹੜਾ ਸਿੰਗਰ ਕਰ ਸਕਦਾ ਲੋਕਾਂ ਦੇ ਸਾਹਮਣੇ ਖੜ੍ਹ ਕੇ 2-3 ਘੰਟੇ ਪਰਫੋਰਮ ਕਰ ਸਕਦਾ, ਅਤੇ ਉਹਦੇ ਕੋਲ ਜਿਹਦੇ ਕੋਲ 4 ਪ੍ਰੋਗਰਾਮ ਆ, ਬਸ ਉਹ ਗੀਤ ਉਹਦੇ ਹੀ ਹਿੱਟ ਆ ਮੰਨ ਕੇ ਚੱਲੋ। ਗੀਤ ਮੰਨ ਲਓ ਮੇਰਾ ਗੀਤ ਹਿੱਟ ਹੋ ਜਾਂਦਾ, ਮੇਰੇ ਕੋਲ ਪ੍ਰੋਗਰਾਮ ਕੋਈ ਹੈ ਨਹੀਂ, ਮੈਂ ਘਰ ਵਿਹਲਾ ਬੈਠਾ, ਕੋਈ ਫਾਇਦਾ ਨਹੀਂ, ਉਹ ਹਿੱਟ ਦਾ ਵੀ ਕੋਈ ਫਾਇਦਾ ਨਹੀਂ। ਫਿਰ ਨਹੀਂ, ਫਿਰ ਉਹ ਹਿੱਟ ਕਾਹਦਾ ਹੋਇਆ? ਬਿਲਕੁਲ, ਸੁਣਨੇ ਨਹੀਂ ਚਾਹੇ। ਬਿਲਕੁਲ ਜੀ ਬਿਲਕੁਲ। ਸੋ ਆਮ ਤੌਰ 'ਤੇ ਤੁਸੀਂ ਜਦੋਂ ਮੇਲਿਆਂ 'ਚ ਜਾਂਦੇ ਹੋ, ਟੂਰਨਾਮੈਂਟਾਂ 'ਤੇ ਜਾਂਦੇ ਹੋ, ਜਾਂ ਕਿਸੇ ਹੋਰ ਪ੍ਰੋਗਰਾਮ 'ਚ ਜਾਂਦੇ ਹੋ ਜੀ, ਕੋਈ ਇਸ ਤਰ੍ਹਾਂ ਦਾ ਗੀਤ ਹੈ ਜਿਹਦੀ ਵਾਰ ਵਾਰ ਫਰਮਾਇਸ਼ ਹੁੰਦੀ ਹੈ ਤੁਹਾਨੂੰ? ਮਤਲਬ ਜ਼ਿਆਦਾਤਰ ਢਾਬੇ ਵਾਲੇ ਦੀ ਫਰਮਾਇਸ਼ ਹੁੰਦੀ ਹੈ ਜੀ। ਉਸ ਤੋਂ ਬਾਅਦ ਫਿਰ ਜਿੱਦਾਂ 16 ਕਿੱਲੇ, 16 ਕਿੱਲੇ ਆਉਣ ਦੇ ਜੀ ਫਿਰ। ਬਿਲਕੁਲ ਜੀ ਬਿਲਕੁਲ ਬਿਲਕੁਲ, ਇਹ ਸਾਡੇ ਵਿਆਹ ਦੀ ਗੱਲ ਹੈ ਜੀ। ਅੱਛਾ ਜੀ, ਹੈ ਤਾਂ ਆਮ ਘਰਾਂ ਦੀ ਗੱਲ, ਸਾਰਿਆਂ ਦੇ ਇਵੇਂ ਇੱਦਾਂ ਹੁੰਦਾ, ਕਾਫੀ ਘਰਾਂ 'ਚ। ਬਿਲਕੁਲ ਜੀ, ਸੱਚੀ ਦੇਖਣ ਭੇਜੇ ਸੀ ਜੀ ਪਹਿਲਾਂ। ਅਤੇ ਦੱਸੋ ਜੀ, 16 ਕਿੱਲਿਆਂ ਦਾ ਵੇਖਿਆ ਪਹਿਲਾਂ ਟੱਕ ਤੇਰੇ ਬਾਪੂ ਨੇ ਕੀ ਲਿਖਿਆ ਜੀ, ਹੋ ਦਾਲ ਵਿੱਚ ਲੂਣ ਵੱਧ ਪਾ ਦਿੰਦੀ ਆ ਨੀ, ਕਦੇ ਤਵੇ ਉੱਤੇ ਰੋਟੀ ਤੂੰ ਮਚਾ ਦਿੰਦੀ ਆ, ਦਾਲ ਵਿੱਚ ਲੂਣ ਵੱਧ ਪਾ ਦਿੰਦੀ ਆ ਨੀ, ਕਦੇ ਤਵੇ ਉੱਤੇ ਰੋਟੀ ਤੂੰ ਮਚਾ ਦਿੰਦੀ ਆ, ਦੱਸ ਤੈਨੂੰ ਹੋਰ ਕੀ ਸਿਖਾਇਆ ਤੇਰੀ ਮਾਂ ਨੇ, ਉਹ ਦੱਸਦੀ ਆ ਕੀ ਸਿਖਾਇਆ, ਕੀ ਸਿਖਾਇਆ, ਮੈਂ ਰੱਖੀ ਲਾਡਲੀ ਮੈਂ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ, ਲਾਡਲੀ ਨੂੰ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ, ਨਿੱਕੀ ਨਿੱਕੀ ਗੱਲ ਨੂੰ ਐਵੇਂ ਤਾੜਦਾ ਰਹੇ, ਨੌਕਰ ਨੀ ਤੇਰੀ ਰੋਬ ਮਾਰਦਾ ਰਹੇ, ਅੱਛਾ ਦਿੱਤਾ ਭਰ ਕੇ ਵਿਦਾਜ ਦਾ ਟਰੱਕ ਮੇਰੇ ਬਾਪੂ ਨੇ, ਉਹ ਟਰੱਕ ਐਵੇਂ ਨੀ ਦਿੱਤਾ, ਅਗਲੀ ਗੱਲ ਸੁਣ ਕੀ ਕੁਛ ਆ ਜੱਟ ਕੋਲ, ਹਾਂ 16 ਕਿੱਲਿਆਂ ਦਾ ਵੇਖਿਆ ਪਹਿਲਾਂ ਟੱਕ ਤੇਰੇ ਬਾਪੂ ਨੇ, 16 ਕਿੱਲਿਆਂ ਦਾ ਵੇਖਿਆ ਟੱਕ ਤੇਰੇ ਬਾਪੂ ਨੇ। ਦੋਸਤੋ, ਇਹ ਦੋ ਗਾਣਿਆਂ ਦੀ ਮਿੱਠੀ ਮਿੱਠੀ ਨੋਕ ਝੋਂਕ ਇਸ ਤਰ੍ਹਾਂ ਜਾਰੀ ਰਹੇਗੀ, ਸਮਾਂ ਫਿਰ ਤੋਂ ਬ੍ਰੇਕ ਦਾ।
ਦੋਸਤੋ ਇਸ ਵਕਤ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਤੋਂ ਵੇਖ ਰਹੇ ਹੋ ਮੀਤ ਬਰਾੜ ਅਤੇ ਹਰਮਨਦੀਪ ਦੀ ਤੁਹਾਡੀ ਹਰਮਨ ਪਿਆਰੀ ਜੋੜੀ ਦੇ ਨਾਲ ਸਾਡੀ ਅੱਜ ਦੀ ਇਹ ਮੁਲਾਕਾਤ। ਜਦੋਂ ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਗੀਤ ਹਿੱਟ ਹੁੰਦਾ ਜਾ ਰਿਹਾ ਜੀ, ਅਤੇ ਫਿਰ ਇਨਸਾਨ ਦੀ ਦੌੜ ਪੈ ਜਾਂਦੀ ਹੈ ਕਿਸੇ ਨਾਲ ਆਪਾਂ ਮੁਕਾਬਲਾ ਕਰਨ ਲੱਗ ਜਾਂਦੇ, ਨਹੀਂ ਯਾਰ ਉਹ ਜੋੜੀ ਵਧੀਆ ਉਹ ਜੋੜੀ ਤੋਂ ਅੱਗੇ ਜਾਣਾ, ਕਦੇ ਇੱਦਾਂ ਦੌੜ 'ਚ ਪੈਂਦੇ ਹੋ ਜੀ? ਵੇਖੋ ਜੀ, ਇਹ ਵੀ ਪ੍ਰੋਫੈਸ਼ਨ ਹੈ, ਕੋਸ਼ਿਸ਼ ਤਾਂ ਇਹ ਹੁੰਦੀ ਹੈ ਵੀ ਅੱਗੇ ਹੋਰ ਵਧੀਆ, ਆਪਾਂ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਅੱਗੇ ਵਧਣ ਵਾਸਤੇ ਕਰਦੇ ਆਪਾਂ, ਅਤੇ ਪਰ ਉਹ ਇਹ ਆ ਵੀ ਮੈਂ ਮੇਰਾ ਫਰਜ਼ ਆ, ਜਿਹੜਾ ਸਾਡਾ ਫਰਜ਼ ਆ ਕੰਮ ਕਰਨਾ, ਬਾਕੀ ਪਰਮਾਤਮਾ ਨੇ ਜਿੱਥੇ ਰੱਖਣਾ ਉੱਥੇ ਰੱਖਣਾ, ਕੁਛ ਨਹੀਂ ਕਰ ਸਕਦਾ। ਪਸੰਦ ਕਰਦੇ ਆ ਨਹੀਂ ਕਰਦੇ, ਬਿਲਕੁਲ ਜੀ ਬਿਲਕੁਲ, ਪਤਾ ਹੀ ਨਹੀਂ ਲੋਕਾਂ ਨੂੰ ਪਸੰਦ ਕੀ ਆਉਣਾ, ਬਿਲਕੁਲ ਜੀ ਬਿਲਕੁਲ, ਕੋਈ ਪਤਾ ਨਹੀਂ। ਹੁਣ ਕਈ ਵਾਰੀ ਇਹ ਸੋਚ ਕੇ ਤੁਸੀਂ ਕੋਈ ਗੀਤ ਕੀਤਾ ਹੋਵੇ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਵਿਆਹਾਂ ਦਾ ਦੌਰ ਆ ਜਾਂ ਟੂਰਨਾਮੈਂਟ ਨੇ ਜਾਂ ਖੇਡ ਮੇਲੇ ਨੇ ਜੀ, ਬਿਲਕੁਲ, ਉਹ ਉਹਨਾਂ ਪਸੰਦ ਨਾ ਕੀਤਾ ਹੋਵੇ, ਕਦੇ ਇੰਝ ਹੋਇਆ ਤੁਹਾਨੂੰ ਲੱਗਦਾ ਹੋਊਗਾ ਕਿ ਨਹੀਂ ਇਹ ਤਾਂ ਯਾਰ ਬੰਬ ਬੁਲਾ ਦੂ ਜਦੋਂ ਦੁਕਾਨ ਆ ਗਿਆ? ਨਹੀਂ, ਇੱਕ ਬੈਨੀਪਾਲ ਸਾਹਿਬ, ਇੱਥੇ ਮੈਂ ਇੱਕ ਹੋਰ ਛੋਟੀ ਜਿਹੀ ਗੱਲ ਸ਼ੇਅਰ ਕਰਨੀ ਚਾਹੁੰਦਾ ਵੀ ਆਮ ਤੌਰ 'ਤੇ ਹਰ ਸਿੰਗਰ ਦੇ ਦਿਲ 'ਚ ਇਹ ਗੱਲ ਹੁੰਦੀ ਹੈ ਵੀ ਮੇਰਾ ਗਾਣਾ ਸੁਪਰ ਹਿੱਟ ਹੋਵੇ, ਬਿਲਕੁਲ ਸੁਪਰ ਡੁਪਰ ਹਿੱਟ ਹੋਵੇ, ਬਿਲਕੁਲ, ਪਰ ਮੈਂ ਕਦੇ ਸੋਚਿਆ ਨਹੀਂ ਜੀ। ਅੱਛਾ ਜੀ, ਮੈਂ ਚਾਹੁੰਦਾ ਵੀ ਮੇਰਾ ਗਾਣਾ ਕੋਈ ਬਹੁਤ ਜ਼ਿਆਦਾ ਸੁਪਰ ਡੁਪਰ, ਐਸਾ ਸੁਪਰ ਡੁਪਰ ਹਿੱਟ ਨਾ ਹੋ ਜਾਵੇ ਵੀ ਮੈਂ ਉਸ ਤੋਂ ਅਗਲਾ ਗਾਣਾ ਉਹਦੇ ਲੈਵਲ ਦਾ ਨਾ ਦੇ ਸਕਾਂ। ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਬਿਲਕੁਲ ਜੀ ਬਿਲਕੁਲ, ਬਹੁਤ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਇਸ ਕਰਕੇ ਕੋਸ਼ਿਸ਼ ਇਹ ਆ ਵੀ ਬਸ ਐਵਰੇਜ ਮਤਲਬ ਚੱਲੀ ਜਾਵੇ, ਉਹਨਾਂ ਕੁ ਕੰਮ ਜਾਂ ਚੱਲੀ ਜਾਵੇ, ਰੋਟੀ ਪਾਣੀ ਚੱਲੀ ਜਾਵੇ ਬਸ। ਕਿੰਨੀ ਕੁ ਤਸੱਲੀ ਹੈ ਜਿਸ ਦਿਨ ਤੁਸੀਂ ਸੋਚਿਆ ਹੋਣਾ ਕਿ ਚਲੋ ਮੀਤ ਨਾਲ ਜੋੜੀ ਬਣਾ ਲੈਂਦੇ ਹਾਂ, ਬਾਅਦ 'ਚ ਰੱਬ ਨੇ ਵੈਸੇ ਜੋੜੀ ਬਣਾ ਲਈ, ਤੁਸੀਂ ਇਹ ਦੱਸੋ ਕਿੰਨਾ ਕੁ ਲੱਗਦਾ ਤੁਸੀਂ ਵੀ ਕਿੰਨੇ ਕੁ ਪਰਸੈਂਟ ਦੀ ਜੇ ਆਪਾਂ ਗੱਲ ਕਰੀਏ, ਕੀ ਸੋਚਿਆ ਸੀ ਉੱਥੇ ਇੱਕ ਹੈ ਮੁਕਾਮ ਜਾਂ ਨਹੀਂ ਹਲੇ? ਅਸੀਂ ਆਪਦੀ ਜੋੜੀ ਤੋਂ ਪੂਰੇ ਸੰਤੁਸ਼ਟ ਹਾਂ ਜੀ। ਜੋੜੀ ਤੋਂ ਸੰਤੁਸ਼ਟ ਨਹੀਂ? ਹਾਂਜੀ, ਮਤਲਬ ਹੁਣ ਅੱਗੇ ਅੱਗੇ ਮਿਹਨਤ ਕਰ ਰਹੇ ਹਾਂ। ਇਹ ਕਿਹੜੀ ਜੋੜੀ ਤੋਂ ਸੰਤੁਸ਼ਟ ਹੋ ਤੁਸੀਂ, ਦੁਕਾਨਾ ਜੋੜੀ ਤੋਂ? ਬਿਲਕੁਲ ਜੀ ਬਿਲਕੁਲ। ਹਾਂਜੀ, ਹੁਣ ਅੱਗੇ ਅੱਗੇ ਇਸ ਫੀਲਡ 'ਚ ਮਿਹਨਤ ਜਾਰੀ ਹੈ ਜੀ। ਅੱਛਾ, ਹਾਂਜੀ, ਮਿਹਨਤ ਕਰਦੇ ਰਹਾਂਗੇ, ਮਤਲਬ ਜਿੰਨੀ ਕੁ ਮਿਹਨਤ ਕਰਦੇ ਹਾਂ ਜੀ ਉਨੀ ਕੁ ਬੜੀ ਕਿਰਪਾ ਪਰਮਾਤਮਾ ਦੀ, ਉਹਨਾਂ ਕੁ ਫਲ ਮਿਲ ਰਿਹਾ। ਅੱਛਾ, ਕਈ ਵਾਰੀ ਬਹੁਤ ਸਾਰੇ ਕਲਾਕਾਰਾਂ ਨਾਲ ਗੱਲ ਕਰੀ ਦੀ ਹੈ, ਚੰਗੇ ਭਲੇ ਪ੍ਰੋਗਰਾਮ ਵੀ ਲਾਏ, ਬਾਈ ਯਾਰ ਬਣਦਾ ਕੁਛ ਨਹੀਂ, ਸੱਚੀ ਦੱਸਿਓ ਵੀ ਇਹ ਇਹ ਰੂ ਇਹ ਵੈਸੇ ਨੀਤ ਬਣ ਗਈ, ਆਦਤ ਬਣ ਗਈ, ਜਾਂ ਇਹਦੇ 'ਚ ਸੱਚਾਈ ਵੀ ਕੋਈ ਹੈ ਜੀ? ਵੇਖੋ ਜੀ, ਸੰਤੁਸ਼ਟੀ ਦੀ ਗੱਲ ਹੈ, ਜੇ ਤਾਂ ਮੈਂ ਗੱਲ ਕਹਿੰਦਾ ਹੁੰਦਾ ਵੀ ਜੇ ਤਾਂ ਬੰਦਾ ਜਿਹਨੇ ਸੰਤੁਸ਼ਟ ਹੋਣਾ ਉਹ ਤਾਂ ਦਾਲਾਂ ਨਾਲ ਰੋਟੀ ਖਾ ਕੇ ਵੀ ਸੰਤੁਸ਼ਟ ਹੋ ਜਾਊਗਾ, ਬਿਲਕੁਲ ਜੀ, ਜਿਹਨੇ ਨਹੀਂ ਹੋਣਾ ਉਹ ਫਿਰ ਕੁਛ ਕਹਿ ਨਹੀਂ ਸਕਦੇ, ਉਹ ਬੰਦਾ ਰੱਜ ਨਹੀਂ ਸਕਦਾ। ਹੁਣ ਬਹੁਤ ਸਾਰੇ ਲੋਕ ਨੇ ਉਹ ਕਹਿੰਦੇ ਨੇ ਜੀ ਜਿਹੜਾ ਇਸ ਵੇਲੇ ਗਾਇਕੀ ਦਾ ਜਿਹੜਾ ਸੁਨਹਿਰੀ ਯੁੱਗ ਚੱਲ ਰਿਹਾ ਜੀ, ਕਈ ਲੋਕ ਕਹਿੰਦੇ ਨੇ ਨਹੀਂ ਗਾਇਕੀ ਜਦ ਮੁੱਦੇ ਮੂੰਹਾਂ ਡਿੱਗੀ, ਨਾ ਤੁਹਾਨੂੰ ਕੋਈ ਐਲਬਮ ਤੁਹਾਡੀ ਰਿਕਾਰਡ ਕਰਦਾ, ਨਾ ਤੁਹਾਨੂੰ ਕੋਈ ਮਿਊਜ਼ਿਕ ਦੇ ਪੈਸੇ ਦਿੰਦਾ, ਨਾ ਕੋਈ ਵੀਡੀਓ 'ਤੇ ਖਰਚ ਕਰਦਾ, ਨਾ ਤੁਹਾਨੂੰ ਕੋਈ ਛੇਤੀ ਰਿਲੀਜ਼ ਕਰਦਾ, ਆਪਣੀਆਂ ਕੰਪਨੀਆਂ ਖੋਲ੍ਹਣ ਲੱਗ ਗਏ, ਤੁਸੀਂ ਇਹਨੂੰ ਕਿਵੇਂ ਲੈਂਦੇ ਹੋ? ਵਾਕਈ ਸੁਨਹਿਰੀ ਯੁੱਗ ਹੈ ਜਾਂ ਵਾਕਈ ਸਟਰਗਲਿੰਗ ਦਾ ਹੁਣ ਪੀਰੀਅਡ ਹੈ ਜੀ? ਵੇਖੋ ਜੀ, ਮੇਰੇ ਖਿਆਲ 'ਚ ਤਾਂ ਜਿਹੜਾ ਕੋਈ ਵੀ ਇਨਸਾਨ ਆ ਜਿਹੜਾ ਮਿਹਨਤ ਕਰਕੇ ਇਸ ਲਾਈਨ 'ਚ ਆਉਂਦਾ, ਉਹਦਾ ਤਾਂ ਚੱਲੀ ਜਾਂਦਾ ਸਰਕਲ, ਉਹਨੂੰ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ, ਕਿਉਂਕਿ ਲਾਈਵ ਪ੍ਰੋਗਰਾਮ ਆ ਜਿਹੜੇ ਲਾਈਵ ਪ੍ਰੋਗਰਾਮਾਂ ਨਾਲ ਹੀ ਉੱਥੇ ਜਾ ਕੇ ਸਿੰਗਰ ਦਾ ਪਤਾ ਲੱਗਣਾ, ਰਿਕਾਰਡਿੰਗ 'ਚ ਕਿਉਂਕਿ ਗਾਣੇ ਤਾਂ ਗਾਣਾ ਕਿਸੇ ਦਾ ਹਿੱਟ ਹੋ ਗਿਆ ਉਹਦੇ ਨਾਲ ਕੋਈ ਬਹੁਤ ਵੱਡੀ ਗੱਲ ਨਹੀਂ, ਉਹ ਗਾਣਾ ਤਾਂ ਅੱਜ ਹਿੱਟ ਹੋ ਗਿਆ 2 ਮਹੀਨਿਆਂ ਨੂੰ ਫਿਰ ਲੋਕ ਨਵਾਂ ਭਾਲਦੇ ਆ, ਟੀਵੀ ਦੇ ਗੀਤ ਉਨੀ ਦੇਰ ਹਿੱਟ ਰਹਿੰਦੇ ਹੁਣ, ਬਿਲਕੁਲ ਜੀ ਬਿਲਕੁਲ, ਅਤੇ ਟੀਵੀ ਤਾਂ ਤੁਹਾਨੂੰ ਪਤਾ ਹੀ ਆ ਰਹਿਣਾ ਔਖਾ, ਰਹਿਣਾ ਬਹੁਤ ਔਖਾ। ਹਾਂਜੀ, ਅਤੇ ਅਸੀਂ ਜਿੱਦਾਂ ਹੁਣ ਤੱਕ ਮੈਂ ਦੂਰਦਰਸ਼ਨ ਦੀ ਐਡ ਕੀਤੀ ਹੈ ਜੀ ਸਿਰਫ, ਕੋਈ ਕਿਸੇ ਚੈਨਲ 'ਤੇ ਮੇਰੀ ਕੋਈ ਐਡ ਨਹੀਂ, ਕੋਈ PTC 'ਤੇ ਨਹੀਂ, ਕਿਸੇ ਵੀ ਚੈਨਲ 'ਤੇ ਮਤਲਬ ਕੋਈ ਐਡ ਨਹੀਂ, ਅਤੇ ਇਹ ਦੂਰਦਰਸ਼ਨ ਦੀ ਐਡ ਕੀਤੀ, ਦੂਰਦਰਸ਼ਨ 'ਤੇ ਐਡ ਕਰਕੇ ਵੀ ਅਸੀਂ ਸੰਤੁਸ਼ਟ ਹਾਂ, ਤੱਕ ਦੂਰਦਰਸ਼ਨ ਦੀ ਹਾਲੇ ਵੀ ਪਹੁੰਚ ਹੈ, ਪੂਰੀ ਪਹੁੰਚ ਹੈ ਜੀ ਜਿਹਨੂੰ ਕਹਿ ਸਕਦੇ ਹਾਂ, ਮਤਲਬ ਹੋਰ ਜਿੱਥੇ ਮਰਜ਼ੀ ਅਸੀਂ ਐਡ ਕਰ ਲਈਏ ਸਾਨੂੰ ਦੂਰਦਰਸ਼ਨ 'ਤੇ ਤਾਂ ਕਰਨੀ ਹੀ ਪੈਣੀ। ਮੈਨੂੰ ਦੱਸੋ, ਮੈਨੂੰ ਯਾਦ ਹੈ ਪਹਿਲੀਆਂ ਦੇ ਵਿੱਚ ਜੇ ਬਾਹਲੀ ਪੁਰਾਣੀ ਨਾਲ ਗੱਲ ਕਰੀਏ, 95-95 ਤੋਂ ਲੈ ਕੇ 2000 ਦੇ ਨੇੜੇ ਤੇੜ ਦੀ ਗੱਲ ਕਰੀਏ, ਕਿਸੇ ਕਲਾਕਾਰ ਦਾ ਦੂਰਦਰਸ਼ਨ 'ਤੇ ਗੀਤ ਆ ਜਾਂਦਾ ਸਵੇਰ ਨੂੰ, ਉਹਦੇ ਕੋਲੋਂ ਪ੍ਰੋਗਰਾਮਾਂ ਦੀ ਪਤਾ ਨਹੀਂ ਸੀ ਲੱਗਦਾ ਹੁੰਦਾ, ਕਹਿੰਦਾ ਮਹੀਨੇ ਦੇ ਬੁੱਕ ਹੋਏ ਪਏ, 2 ਮਹੀਨੇ ਦੇ ਬੁੱਕ, ਲਾਈਨਾਂ ਲੱਗ ਜਾਂਦੇ ਸੀ, ਬਿਲਕੁਲ। ਹੁਣ ਕਿਵੇਂ ਹੈ? ਹੁਣ ਇਹ ਆ ਜੀ, ਕੰਪੀਟੀਸ਼ਨ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ। ਅੱਛਾ, ਹਾਂ, ਪ੍ਰੋਗਰਾਮ ਵੀ ਜਿਹੜੇ ਦੂਰਦਰਸ਼ਨ ਦੇ ਪਹਿਲਾਂ ਤਾਂ ਜਿੱਦਾਂ 1-2 ਪ੍ਰੋਗਰਾਮ ਚੱਲਦੇ ਹੁੰਦੇ ਸੀ ਹਫ਼ਤੇ 'ਚ, ਹੁਣ ਤਾਂ ਡੇਲੀ 2-3 ਪ੍ਰੋਗਰਾਮ ਚੱਲਦੇ ਆ ਜੀ। ਅੱਛਾ, ਅਤੇ ਪਰ ਫਿਰ ਵੀ ਜਿਹੜੀ ਉਹਦੀ ਆਊਟਪੁੱਟ ਆ ਓਵਰਆਲ ਵਧੀਆ ਹੈ, ਓਵਰਆਲ ਵਧੀਆ, ਬਿਲਕੁਲ ਜੀ। ਹੁਣ ਦੁਗਾਣੇ ਗਾਉਣੇ ਜੀ, ਤੁਸੀਂ ਦੋਵੇਂ ਵਧੀਆ ਦੁਗਾਣੇ ਗਾਉਂਦੇ ਹੋ, ਭਾਵੇਂ ਢਾਬੇ ਦੀ ਗੱਲ ਕਰੀਏ ਜੀ ਜਾਂ 16 ਕਿੱਲਿਆਂ ਦੀ, ਪਿਆਰ ਦੇ, ਨਸ਼ੇ ਦੀ, ਬਹੁਤ ਸਾਰੇ ਗੀਤ, ਨਾਨਕੇ ਮੇਲ ਦੀ, ਕਦੇ ਕਦੇ ਸੋਲੋ ਗੀਤ ਵੀ ਗਾਉਂਦੇ ਜੀ ਤੁਸੀਂ ਦੋਨੋਂ ਜਾਣੇ? ਸੋਲੋ ਮਤਲਬ ਅਸੀਂ ਨਹੀਂ ਗਾਉਂਦੇ, ਇਹੀ ਮੰਨ ਕੇ ਚੱਲੋ ਜੀ, ਨਹੀਂ ਗਾਉਂਦੇ, ਕਿ ਮੈਂ 1-2 ਗੀਤ ਜਿਵੇਂ ਜਿੱਦਾਂ ਸਟੇਜ 'ਤੇ ਸੋਲੋ ਗਾਉਣਾ ਮਜਬੂਰੀ ਹੋ ਗਿਆ, ਹੋਰ 1-2 ਗਾਣੇ ਹੈਗੇ ਆ, ਜ਼ਿਆਦਾਤਰ ਅਸੀਂ ਡਿਊਟ ਗਾਉਂਦੇ ਹਾਂ ਜੀ। ਹਰਮਨਦੀਪ, ਤੁਸੀਂ ਨਹੀਂ ਕਿਹਾ ਵੀ ਇਹ ਕੀ ਗੱਲ ਕਾਣੀ ਵੰਡ ਹੈ, ਅਤੇ ਜ਼ਿਆਦਾਤਰ ਡਿਊਟੀ ਹੁੰਦੀ ਮਤਲਬ। ਮੈਨੂੰ ਇਹ ਦੱਸੋ ਪਹਿਲਾਂ, ਇਹ ਡਰਾ ਕੀਤਾ ਨਹੀਂ ਲਿਆ ਜਵਾਬ ਦੇਣਾ?
ਜੀ ਤਾਂ ਕੋਈ ਗੱਲ ਨਹੀਂ ਹਾਂਜੀ, ਫਿਰ ਖੁੱਲ ਕੇ ਬੋਲੋ ਸਟੇਜ ਤੇ, ਮੈਂ ਤੁਹਾਨੂੰ ਦੇਖਿਆ ਬਹੁਤ ਖੁੱਲ ਕੇ ਗਾਉਂਦੇ ਹੋ ਤੁਸੀਂ, ਇਹ ਸਟੇਜ ਉਹ ਸਟੇਜ ਨਾਲੋਂ ਵੀ ਵੱਡੀ ਹੈ, ਲਗਭਗ 75-80 ਮੁਲਕਾਂ ਦੇ ਵਿੱਚੋਂ ਤੁਹਾਨੂੰ ਰਿਸਪੌਂਸ ਮਿਲਣਾ ਹੈ। ਬਿਲਕੁਲ ਜੀ ਬਿਲਕੁਲ, ਸੱਚੀ ਦੱਸੋ ਹੁਣ ਹੁਣ ਇਹ ਹੈ ਨਹੀਂ ਸਮਝ ਆਪਣੇ? ਨਹੀਂ ਬਹਿ ਕੇ ਤਾਂ ਨਹੀਂ ਲੱਗਿਆ ਜੀ। ਅੱਛਾ ਇਹ ਤੁਸੀਂ ਕਹਿ ਕੇ ਕੀ ਬੁਲਾਉਂਦੇ ਹੁੰਦੇ ਇਹਨਾਂ ਨੂੰ, ਇਹ ਕੀ ਕਹਿ ਕੇ ਬੁਲਾਉਂਦੇ ਹੁੰਦੇ? ਨਾਂ ਲੈ ਕੇ ਬੁਲਾਉਂਦੇ ਜੀ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਤੁਸੀਂ ਸਵਾਲ ਦਾ ਜਵਾਬ ਤੁਸੀਂ ਦੇ ਹੀ ਜਾਂਦੇ ਹੋ। ਹਾਂਜੀ ਨਾਮ ਲੈ ਕੇ ਬੁਲਾ ਲਈਦਾ। ਨਾਮ ਲੈ ਕੇ ਬੁਲਾ ਲਈਦਾ? ਹਾਂਜੀ। ਉਹ ਤਾਂ ਲੋਕਾਂ ਦੇ ਸਾਹਮਣੇ ਜਦੋਂ ਘਰੇ ਹੁੰਦੇ ਹੋ, ਇਕੱਲੇ ਹੁੰਦੇ ਹੋ, ਉਦੋਂ ਵੀ ਇਹ ਕਹਿੰਦੇ ਹੋ ਜਾਂ ਉਦੋਂ ਵੀ ਨਾਮ? ਨਹੀਂ ਨਾਮ ਹੀ ਲੈ ਲਈਦਾ ਜੀ। ਨਾਮ ਹੀ ਲੈ ਲਈਦਾ? ਹਾਂਜੀ। ਘਰ ਦੇ ਵਿੱਚ ਸਮਾਂ ਤੁਹਾਡਾ ਪੂਰਾ ਮਿਲ ਜਾਂਦਾ ਕਿਉਂਕਿ ਤੁਸੀਂ ਇੱਕ ਲੜਕੀ ਹੋਣ ਦੇ ਨਾਤੇ, ਹਾਂਜੀ, ਇੱਕ ਔਰਤ ਹੋਣ ਦੇ ਨਾਤੇ ਘਰ ਦੀਆਂ ਜ਼ਿੰਮੇਵਾਰੀਆਂ, ਰੋਟੀ ਲਾਉਣੀ, ਪਕਾਉਣੀ, ਉਹ ਢਾਬੇ ਵਾਲੀ ਗੱਲ, ਉਹ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਨੇ ਜਾਂ ਨਹੀਂ ਜੀ, ਜਾਂ ਉਹ ਤੋਂ ਫਾਰਗ ਹੋ? ਨਹੀਂ ਬਿਲਕੁਲ ਫਾਰਗ ਨਹੀਂ ਜੀ, ਸਾਰੀਆਂ ਜ਼ਿੰਮੇਵਾਰੀਆਂ ਨਿਭਾਈ ਦੀਆਂ, ਘਰ ਦਾ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਜੀ। ਅੱਛਾ ਇਹਨਾਂ ਨੂੰ? ਮੈਨੂੰ ਤਾਂ ਮਿਲਣੀ ਹੈ ਜੀ, ਫਿਰ ਤੁਹਾਨੂੰ ਪਤਾ ਹੀ ਬਣਿਆ ਬਣਿਆ ਸਾਰਾ ਕੁਛ ਮਿਲ ਜਾਂਦਾ। ਘਰ ਦੇ ਕੰਮਾਂ ਦੀ ਗੱਲ ਕਰਦਾ ਮੈਂ। ਅੱਛਾ ਅੱਛਾ, ਘਰ ਦੇ ਕੰਮ ਵੇਖੋ ਜੀ, ਮੇਰਾ ਤਾਂ ਦਰਅਸਲ ਕੰਮ ਹੀ ਇਹ ਹੈ ਵੀ ਉੱਧਰੋਂ ਗਾਣਾ ਕੋਈ ਲੈ ਲਿਆ, ਉਹਦੀ ਕੰਪੋਜੀਸ਼ਨ ਕਰ ਲਈ, ਮਤਲਬ ਮੈਂ ਤਾਂ ਮੇਰਾ ਤਾਂ ਇਹੀ ਕੰਮ ਹੈ ਜੀ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ, ਫਿਰ ਤੁਹਾਨੂੰ ਪਤਾ ਵੀ ਸਰਕਲ ਬਹੁਤ ਵੱਡਾ ਬਣ ਜਾਂਦਾ ਫੋਨ 'ਤੇ ਕੰਟੈਕਟ ਰੱਖਣਾ। ਹਾਂਜੀ, ਉਹਦੇ ਕਰਕੇ ਮੇਰਾ ਤਾਂ ਇਹੀ ਘਰ ਦਾ ਕੰਮ ਹੈ ਜੀ। ਪਰਮਦੀਪ ਜੀ, ਕਈ ਵਾਰੀ ਗੁੱਸਾ ਚੜ੍ਹਦਾ ਹੈ ਕੰਮ ਕਿਸੇ ਹੋਰ ਕਰਨ ਸਾਰਾ ਦਿਨ, ਤੁਸੀਂ ਅੱਜ ਆ ਹੀ ਨਹੀਂ ਦੇ, ਮੈਂ ਤਾਂ ਸਟੂਡੀਓ 'ਚ ਸੀ, ਅੱਜ ਕੰਪੋਜੀਸ਼ਨ ਬਣਾਉਂਦੇ ਸੀ, ਅੱਜ ਤਾਂ ਮਿਊਜ਼ਿਕ ਬਣਾਉਂਦਾ ਸੀ, ਕਦੇ ਇੱਦਾਂ ਤਕਰਾਰ ਹੁੰਦਾ? ਨਹੀਂ ਜਮਾਂ ਵੀ ਨਹੀਂ। ਕਦੇ ਵੀ ਨਹੀਂ? ਨਹੀਂ। ਇੱਕ ਕਹਿੰਦੇ ਲੜਨੇ ਦੇ ਪਿੱਛੋਂ ਬੋਲਣਾ ਬਹੁਤ ਹੀ ਚੰਗਾ ਲੱਗਦਾ। ਨਹੀਂ ਗੁੱਸਾ ਆਉਂਦਾ ਹੀ ਨਹੀਂ ਸਾਨੂੰ ਦੋਵਾਂ ਨੂੰ। ਅੱਛਾ ਦੋਵਾਂ ਨੂੰ ਨਹੀਂ ਆਉਂਦਾ ਜੀ? ਹਾਂਜੀ। ਬਹੁਤ ਵਧੀਆ ਗੱਲ ਹੈ, ਰੱਬ ਇਹ ਪਿਆਰ ਇਤਫਾਕ ਇਸ ਤਰ੍ਹਾਂ ਬਣਾ ਕੇ ਰੱਖੇ। ਥੈਂਕ ਯੂ। ਹੁਣ ਆਪਾਂ ਫਿਰ ਥੋੜ੍ਹਾ ਗਾਇਕੀ ਵੱਲੋਂ ਆਈਏ ਜੀ। ਹੁਣ ਜਦੋਂ ਇੱਕ ਇਨਸਾਨ ਗਾਇਕੀ ਦੇ ਰਾਹ ਨੂੰ ਤੁਰਦਾ ਜੀ, ਉਸ ਵਕਤ ਸਭ ਤੋਂ ਪਹਿਲਾਂ ਜਦੋਂ ਮੀਤ ਬਰਾੜ ਨੇ ਸੋਚਿਆ ਸੀ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਜੀ ਜੀ, ਸਭ ਤੋਂ ਪਹਿਲੇ ਧਰਮਪ੍ਰੀਤ ਨੂੰ ਮਿਲੇ ਜਾਂ ਕੋਈ ਹੋਰ ਸੋਚ ਤੁਹਾਡੀ ਸੋਚ ਦੇ ਵਿੱਚ ਸੀ, ਤਸਵੀਰ ਕਿਹਦੀ ਬਣਾਈ? ਨਹੀਂ ਵੇਖੋ ਜੀ, ਮੈਂ ਸ਼ੁਰੂ ਤੋਂ ਲੈ ਕੇ ਬਾਈ ਜੀ ਦੀ ਪਹਿਲੀ ਟੇਪ ਆਈ ਸੀ 97 'ਚ, ਮੈਂ ਸੁਣਦਾ ਮਤਲਬ ਉਹਨਾਂ ਨੂੰ ਸੀ ਸ਼ੁਰੂ ਤੋਂ ਲੈ ਕੇ, ਬੜੀ ਤਮੰਨਾ ਸੀ ਦਿਲ 'ਚ ਵੀ ਕਦੇ ਬਾਈ ਨੂੰ ਨੇੜੇ ਹੋ ਕੇ ਮਿਲੀਏ। ਅਤੇ ਉਸ ਤੋਂ ਬਾਅਦ ਮੈਂ ਜੀ ਤਕਰੀਬਨ 2003 ਤੋਂ ਫਿਰ ਮੈਂ ਉਹਨਾਂ ਦੇ ਨਾਲ ਇੱਕ ਵਾਰੀ ਪ੍ਰੋਗਰਾਮ 'ਤੇ ਗਿਆ। ਅੱਛਾ। ਹਾਂਜੀ, ਕੋਰਸ ਬੋਲਣ ਵਾਸਤੇ। ਅੱਛਾ ਜੀ। ਹਾਂ, ਉਸ ਤੋਂ ਬਾਅਦ ਮੈਨੂੰ ਫਿਰ ਜਦੋਂ ਪਤਾ ਨਹੀਂ ਬਾਈ ਜੀ ਦੇ ਦਿਲ 'ਚ ਕੀ ਗੱਲ ਆਈ, ਮੈਨੂੰ ਕਹਿੰਦੇ ਵੀ ਛੋਟੇ ਵੀਰ ਤੁਸੀਂ ਮੇਰੇ ਨਾਲ ਹਰ ਪ੍ਰੋਗਰਾਮ 'ਤੇ ਆਉਣਾ ਹੀ ਹੈ। ਅੱਛਾ। ਬਿਲਕੁਲ ਜੀ। ਉਸ ਤੋਂ ਬਾਅਦ ਤਾਂ ਫਿਰ ਮਤਲਬ ਇੰਨਾ ਕੁ ਜ਼ਿਆਦਾ ਨੇੜੇ ਹੋ ਗਏ। ਕਿਹੜੇ ਸਾਲ ਤੱਕ ਨਾਲ ਰਹੇ? ਮੈਂ 14 ਤੱਕ ਨਾਲ ਰਿਹਾ ਜੀ। ਬਿਲਕੁਲ ਜੀ। ਫਿਰ 2014 ਦੇ ਵਿੱਚ ਤੁਸੀਂ ਆਪਣਾ ਗਰੁੱਪ ਬਣਾਇਆ? ਗਰੁੱਪ ਤਾਂ ਮੇਰਾ ਆਲਰੇਡੀ ਪਹਿਲਾਂ ਵੀ ਚੱਲਦਾ ਸੀ। ਅੱਛਾ। ਹਾਂ, ਕੰਮ ਅਸੀਂ ਕਰੀ ਜਾਂਦੇ, ਜਦੋਂ 2014 'ਚ ਥੋੜ੍ਹਾ ਜਿਹਾ ਸਾਡੇ ਕੋਲ ਕੰਮ ਹੋਰ ਵਧੀਆ ਹੋ ਗਿਆ, ਫਿਰ ਬਾਈ ਜੀ ਨੇ ਕਿਹਾ ਮੈਨੂੰ ਕਹਿੰਦੇ ਵੀ ਤੁਸੀਂ ਮੀਰ, ਕਹਿੰਦੇ ਹੁਣ ਵੀ ਤੁਹਾਡਾ ਨਾ ਵਧੀਆ ਹੈਗਾ, ਨਾ ਬਣ ਗਿਆ, ਚਲੋ ਕੰਮ ਤੁਹਾਡੇ ਕੋਲ ਹੈਗਾ, ਅਤੇ ਤੁਸੀਂ ਹੁਣ ਹਾਂ ਤੁਸੀਂ ਕੰਮ ਕਰੋ ਵੀ ਮੇਰਾ ਤਾਂ ਚੱਲੀ ਜਾਣਾ। ਵੀ ਕਈ ਵਾਰੀ ਇਹ ਹੋ ਜਾਂਦਾ ਜਦੋਂ ਤੁਸੀਂ ਮੇਰੇ ਨਾਲ ਪ੍ਰੋਗਰਾਮ 'ਤੇ ਮੀਰ ਤੂੰ ਜਾਂਦਾ, ਅਤੇ ਲੋਕ ਕਹਿ ਦਿੰਦੇ ਯਾਰ ਵੀ ਧਰਮਪ੍ਰੀਤ ਨੂੰ ਬੁੱਕ ਕੀਤਾ ਸੀ, ਨਾਲ ਮੀਤ ਬਰਾੜ ਵੀ ਆ ਗਿਆ ਫ੍ਰੀ 'ਚ। ਅੱਛਾ। ਬਿਲਕੁਲ ਜੀ, ਚੰਗਾ ਨਹੀਂ ਲੱਗਦਾ? ਹਾਂਜੀ ਹਾਂਜੀ ਬਿਲਕੁਲ। ਹੁਣ ਗੱਲ ਬੁਕਿੰਗ 'ਤੇ ਆ ਗਈ ਜੀ, ਨਾਨਕੇ ਮੇਲ ਦੀ ਗੱਲ ਆਪਾਂ ਤਿਆਰੀ ਸ਼ੁਰੂ ਕਰੀਏ ਜੀ ਜੀ। ਉਹ ਨਾਨਕਾ ਮੇਲ, ਤੁਹਾਡਾ ਗੀਤ ਬਹੁਤ ਵਧੀਆ ਗੀਤ ਹੈ, ਵਿਆਹਾਂ ਸ਼ਾਦੀਆਂ 'ਤੇ ਮੈਨੂੰ ਲੱਗਦਾ ਕਿ ਹਰ ਥਾਂ ਵੱਜਦਾ ਹੋਣਾ ਜੀ, ਵਜਾਈਏ ਜੀ ਆਪਾਂ। ਬਿਲਕੁਲ ਜੀ, ਸਪੈਸ਼ਲੀ ਸਾਡੀਆਂ ਭੈਣਾਂ ਵਾਸਤੇ ਕੀਤਾ ਸੀ ਜੀ ਉਹ ਗਾਣਾ ਨਾਨਕਾ ਮੇਲ। ਹੋ ਪਤਾ ਕਰੋ ਪਿੰਡ ਦੇ ਸ਼ਕੀਨ ਮੁੰਡੇ ਓ, ਕਿੱਥੋਂ ਆਏ ਮੁਖੜੇ ਹਸੀਨ ਮੁੰਡੇ ਓ, ਪਤਾ ਕਰੋ ਪਿੰਡ ਦੇ ਸ਼ਕੀਨ ਮੁੰਡੇ ਓ, ਕਿੱਥੋਂ ਆਏ ਮੁਖੜੇ ਹਸੀਨ ਮੁੰਡੇ ਓ, ਲੱਗੇ ਜਿਵੇਂ ਪਰੀਆਂ ਨੇ ਜਾਈਆਂ ਮਿਲਣਾ, ਪਰ ਆ ਕੀ ਦੇ ਵਿਆਹ ਕੀ ਦੇ ਆਈਆਂ ਮਿਲਣਾ, ਆ ਕੀ ਦੇ ਵਿਆਹ ਕੀ ਦੇ ਆਈਆਂ ਮਿਲਣਾ। ਓ ਕੋਈ ਪੱਟੇ ਵਾਲੇ ਕੋਈ ਚੰਡੀਗੜ੍ਹ ਦੀ, ਕੋਈ ਲੁਧਿਆਣੇ ਕੋਈ ਬਠਿੰਡੇ ਪੜਦੀ, ਵਿਆਹ ਸੀ ਭੂਆ ਨੇ ਬਲਾਈਆਂ ਮਿਲਣਾ, ਵੇ ਨਾਨਕੇ ਮੇਲ ਵਿੱਚ, ਨਾਨਕੇ ਮੇਲ ਵਿੱਚ ਆਈਆਂ ਮਿਲਣਾ, ਆ ਕੀ ਦੇ ਵਿਆਹ ਕੀ ਦੇ ਆਈਆਂ ਮਿਲਣਾ। ਵਾਕਈ ਉਦੋਂ ਸਵਾਦ ਜਾਂਦਾ, ਆ ਕੀ ਦੇ ਵਿਆਹ ਕੀ ਦੇ ਆਈਆਂ ਮਿਲਣਾ, ਬਹੁਤ ਕਮਾਲ ਦਾ ਦੁਗਾਣਾ। ਦੋਸਤੋ ਵਾਪਸ ਆਉਂਦੇ ਹਾਂ, ਪਰ ਇਸ ਬ੍ਰੇਕ ਤੋਂ ਬਾਅਦ ਅਸੀਂ ਆਖਰੀ ਮੰਜ਼ਿਲ ਵੱਲ ਵੱਧ ਰਹੇ ਹੋਵਾਂਗੇ, ਅਤੇ ਬ੍ਰੇਕ ਦੇ ਉਸ ਪਰ ਕੁਝ ਫਟਾਫਟ ਸਵਾਲ ਫਰਾਟੇਦਾਰ ਹੋਣਗੇ, ਅਤੇ ਹਰ ਸਵਾਲ ਦਾ ਜਵਾਬ ਬਿਨਾਂ ਝਿਜਕੇ ਬਿਨਾਂ ਰੋਕ ਟੋਕ ਦੇ 5 ਗਿਣਨ ਤੋਂ ਪਹਿਲਾਂ ਇਹਨਾਂ ਨੂੰ ਇੱਕ ਹੀ ਦੇਣਾ ਪਏਗਾ। ਦੋਸਤੋ, ਚੱਲਦੇ ਚੱਲਦੇ ਪ੍ਰੋਗਰਾਮ ਦੀ ਅਗਲੀ ਅਤੇ ਆਖਰੀ ਮੰਜ਼ਿਲ ਵੱਲ ਵੱਧ ਚੁੱਕੇ ਹਾਂ।
ਆਓ ਹੁਣ ਕੁਝ ਫਟਾਫਟ ਸਵਾਲਾਂ ਦੀ ਝੜੀ ਹਰਮਨਦੀਪ ਅਤੇ ਮੀਤ ਬਰਾੜ ਦੇ ਅੱਗੇ ਲਾਈਏ। ਹਰਮਨਦੀਪ ਜੀ ਕਹਿੰਦੇ ਲੇਡੀਜ਼ ਆਲਵੇਜ਼ ਫਸਟ, ਤੁਹਾਡੇ ਤੋਂ ਸ਼ੁਰੂ ਕਰਦੇ, ਤੁਹਾਡੇ ਇੱਕ ਪਸੰਦੀਦਾ ਗਾਇਕ ਕਲਾਕਾਰ ਕੌਣ ਹੈ? ਅੱਜ ਦੇ ਟਾਈਮ ਕੋਈ ਵੀ ਹੋਵੇ ਜੀ, ਫੀਮੇਲ ਸਾਰਿਆਂ ਨੂੰ ਹੀ ਸੁਣ ਲਈਦਾ ਜੀ, ਮੇਲ ਨੂੰ ਨਹੀਂ ਸੁਣਦੇ? ਮੇਲ ਨੂੰ ਵੀ ਸੁਣ ਲਈਦਾ। ਇੱਕ ਦੱਸੋ ਕਿਹਨੂੰ ਸੁਣਦੇ ਜ਼ਿਆਦਾ? ਮੰਨ ਲਓ ਸਾਰੇ ਕਲਾਕਾਰਾਂ ਦੀਆਂ ਸੀਡੀਆਂ ਟੇਪਾਂ ਗੀਤ ਦੋ ਗਾਣੇ ਇੱਥੇ ਪਏ ਆ, ਉਦੋਂ ਤੁਹਾਨੂੰ ਕਿਹਾ ਜਾਵੇ ਵੀ ਕਿਸੇ ਇੱਕ ਕਲਾਕਾਰ ਨੂੰ ਸੁਣਨ ਦਾ ਟਾਈਮ ਹੈ ਇੱਕ ਗੀਤ ਨੂੰ, ਕਿਹੜਾ ਚੁੱਕ ਕੇ ਸੁਣੋ? ਕਿਹੜਾ ਚੁੱਕੋਗੇ? ਅਰਵਿੰਦਰ ਗਰੇਵਾਲ। ਉਹਨਾਂ ਦਾ ਕਿਹੜਾ ਗੀਤ ਸੁਣੋਗੇ? ਸੁਣਾਵਾਂ। ਸੁਣਾ ਦਿਓ। ਮੁਰਗਾ ਬੋਲਦੇ ਨਾਲ ਉੱਠ ਖੜੀ ਵੇ, ਵੱਜੇ 3:30 ਜਦੋਂ ਵੇਖੀ ਘੜੀ ਵੇ, ਬਾਲੀ ਚੁੱਲ੍ਹੇ ਅੱਗ ਫਿਰ ਚਾਹ ਧਰੀ ਵੇ, ਗੁੰਨੇ ਆ ਮੈਂ ਆਟਾ ਪੂਰਾ 3 ਧੜੀ ਵੇ, ਫਿਰ ਮੱਝੀਆਂ ਨੂੰ ਪੱਠੇ ਪਾਏ ਸੋਹਣਿਆ ਵੇ, ਪੱਠੇ ਪਾਏ ਸੋਹਣਿਆ, ਕਾਦੇ ਮੁਕਲਾਵੇ ਸਾਡੇ ਆਏ ਸੋਹਣਿਆ, ਅਸੀਂ ਮੁਕਲਾਵੇ ਕਾਦੇ ਆਏ ਸੋਹਣਿਆ, ਕਾਦੇ ਮੁਕਲਾਵੇ ਸਾਡੇ ਆਏ ਸੋਹਣਿਆ। ਵੀਰ ਜੀ ਜੀ ਕੰਨ ਕਰਕੇ ਗੱਲ ਸੁਣ ਲਓ, ਕਈ ਤਰ੍ਹਾਂ ਹੀ ਦੱਸੀ ਆ ਉਹਨਾਂ ਨੇ। ਬਿਲਕੁਲ ਜੀ। ਅੱਛਾ ਹੁਣ ਤੁਹਾਨੂੰ ਜੀ ਕੌਣ ਪਸੰਦ ਹੈ ਕਲਾਕਾਰ? ਮੈਂ ਤਾਂ ਪਹਿਲਾਂ ਵੀ ਜਿੱਦਾਂ ਦੱਸਿਆ ਜੀ, ਮੈਂ ਤਕਰੀਬਨ ਹੁਣ ਵੀ ਬਾਈ ਧਰਮਪ੍ਰੀਤ ਦੀ ਗੀਤ ਸੁਣਦਾ ਹੀ ਰਹਿੰਦਾ ਤਕਰੀਬਨ। ਉਹਨਾਂ ਦਾ ਕੋਈ ਗੀਤ? ਬਿਲਕੁਲ ਜੀ, ਬਾਈ ਦਾ ਗੀਤ ਪਹਿਲੀ ਟੇਪ ਦੇ ਵਿੱਚ ਆਇਆ ਸੀ, ਕਨੇਡਾ ਜਾਣੋ ਰੋਕ ਪੁੱਤ ਨੂੰ। ਸੱਸੇ ਵੇਖਣੀ ਜਵਾਨੀ। ਬਿਲਕੁਲ ਜੀ ਬਿਲਕੁਲ। ਮੇਰੇ ਮਾਰਦੀਆਂ ਵੰਗਾ, ਗੱਲ ਦੱਸਦੀ ਮੈਂ ਸੰਗਾ, ਅੱਜ ਕਹਿਣਾ ਪਿਆ, ਅੱਜ ਕਹਿਣਾ ਪਿਆ ਕਰਕੇ ਦਲੇਰੀ, ਕਨੇਡਾ ਜਾਣੋ ਰੋਕ ਪੁੱਤ ਨੂੰ ਨੀ, ਸੱਸੇ ਵੇਖ ਲੈ ਜਵਾਨੀ ਹੈ ਨੀ ਮੇਰੀ, ਕਨੇਡਾ ਜਾਣੋ ਰੋਕ ਪੁੱਤ ਨੂੰ। ਬਹੁਤ ਖੂਬ ਧਰਮਾ ਯਾਦ ਕਰਾਤਾ। ਥੈਂਕ ਯੂ ਜੀ, ਥੈਂਕ ਯੂ। ਹਰਮਨਦੀਪ, ਹਾਂਜੀ, ਫਿਲਮਾਂ ਵੇਖਦੇ ਹੋ? ਹਾਂਜੀ। ਕੋਈ ਫਿਲਮ ਪਸੰਦ ਹੈ ਪੰਜਾਬੀ ਦੀ? ਇੱਕ ਕੋਈ ਉੱਚਾ ਦਰ ਬਾਬੇ ਨਾਨਕ ਦਾ। ਉੱਚਾ ਦਰ ਬਾਬੇ ਨਾਨਕ, ਸੋਭਾ ਸੁਣ ਕੇ ਆਏ ਹੋ? ਹਾਂਜੀ। ਤੁਹਾਨੂੰ ਜੀ? ਵੈਸੇ ਤਾਂ ਮੇਰਾ ਫਿਲਮਾਂ 'ਚ ਥੋੜ੍ਹਾ ਜਿਹਾ ਘੱਟ ਹੀ ਹੈ ਜੀ ਇੰਟਰਸਟ, ਮੈਂ ਗਾਣੇ ਜ਼ਿਆਦਾ ਸੁਣਦਾ। ਬਿਲਕੁਲ ਜੀ ਬਿਲਕੁਲ। ਅੱਛਾ, ਦੁਗਾਣਾ ਜੋੜੀਆਂ ਦੀ ਜੇ ਗੱਲ ਕਰੀਏ ਜੀ, ਬਹੁਤ ਸਮੇਂ-ਸਮੇਂ ਤੇ ਟੌਪ ਦੀਆਂ ਦੁਗਾਣਾ ਜੋੜੀਆਂ ਹੋਈਆਂ। ਬਿਲਕੁਲ ਜੀ। ਕੋਈ ਇੱਕ ਦੁਗਾਣਾ ਜੋੜੀ ਜੀ ਹੋਵੇ ਵੀ ਭਾਈ ਮੀਤ ਬਰਾੜ ਤੋਂ ਆਪਣੇ ਪਿੰਡ ਵਿੱਚ ਇੱਕ ਦੁਗਾਣਾ ਜੋੜੀ ਸੱਦਣੀ ਹੈ, ਕਿਹਨੂੰ ਸੱਦਾ ਭੇਜੋਗੇ? ਮੈਂ ਜੀ ਭੁਪਿੰਦਰ ਗਿੱਲ ਬਾਈ ਨੂੰ ਬਹੁਤ ਪਸੰਦ ਕਰਦਾ, ਉਹਨਾਂ ਦੀ ਗਾਇਕੀ, ਉਹਨਾਂ ਦੀ ਜਿਹੜੀ ਸਟੇਜ ਪਰਫੋਰਮੈਂਸ ਬਹੁਤ ਕਮਾਲ ਦੀ। ਬਿਲਕੁਲ ਜੀ, ਉਹਨਾਂ ਨੂੰ ਮੈਂ ਮਤਲਬ ਵਧੀਆ ਲੱਗਦੇ ਮੈਨੂੰ। ਤੁਹਾਨੂੰ ਕਿਹੜੇ ਲੱਗਦੇ? ਮੈਨੂੰ ਸਾਰੇ ਵਧੀਆ ਲੱਗਦੇ। ਨਹੀਂ ਨਹੀਂ, ਇੱਕ ਇੱਥੇ ਮੈਂ ਪਹਿਲਾਂ ਕਹਿ ਹਟਿਆ, ਸਿਰਫ ਇੱਕ ਚੁਣਨਾ ਪੈਣਾ। ਦੀਪ ਢਿੱਲੋਂ ਜੈਸਮੀਨ ਜੱਸੀ। ਦੀਪ ਢਿੱਲੋਂ ਜੈਸਮੀਨ ਜੱਸੀ, ਹਾਂਜੀ। ਤੁਹਾਨੂੰ ਤੁਹਾਡਾ ਪਿੰਡ ਵਧੀਆ ਲੱਗਦਾ ਹੈ ਜਾਂ ਲੁਧਿਆਣਾ ਵਧੀਆ ਲੱਗਦਾ, ਮੋਗਾ ਵਧੀਆ ਲੱਗਦਾ, ਕੀ ਵਧੀਆ ਲੱਗਦਾ? ਵਧੀਆ ਤਾਂ ਵੇਖੋ ਜੀ, ਆਪੋ ਆਪਣੀ ਜਗ੍ਹਾ। ਹਾਂ, ਅਤੇ ਪਿੰਡ ਜਾ ਕੇ ਥੋੜ੍ਹਾ ਵੱਖਰਾ ਸਕੂਨ ਮਿਲਦਾ ਜਿੱਥੇ ਜੰਮੇ ਪਲੇ ਹੈ, ਅਤੇ ਉੱਦਾਂ ਜੇ ਕੰਮ ਨੂੰ ਵੇਖੀਏ ਤਾਂ ਫਿਰ ਉਹ ਮੋਗੇ ਰਹਿਸ਼ ਆ ਸਾਡੀ ਹੁਣ। ਮੋਗੇ, ਬਿਲਕੁਲ ਜੀ, ਮੋਗਾ ਸੈਂਟਰ ਪੈ ਜਾਂਦਾ। ਤੁਹਾਨੂੰ ਜੀ? ਮੋਗਾ। ਮੋਗਾ, ਪਿੰਡ ਨਹੀਂ ਵਧੀਆ ਲੱਗਦਾ? ਨਹੀਂ, ਪਿੰਡ ਵੀ ਵਧੀਆ ਲੱਗਦਾ, ਦੋਨੋਂ 'ਚ ਇੱਕ ਰੱਖਣਾ। ਮੋਗਾ, ਹਾਂਜੀ। ਹੁਣ ਇਹ ਦੱਸਿਓ ਮੈਨੂੰ ਜੀ, ਤੁਹਾਨੂੰ ਸੋਲੋ ਗੀਤ ਵਧੀਆ ਲੱਗਦੇ ਜਦੋਂ ਗਾਣੇ? ਦੁਗਾਣੇ। ਫਿਰ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਗੀਤ ਲੱਗਦਾ ਉਹ ਰਵਿੰਦਰ ਗਿੱਲ ਦਾ ਸੋਲੋ ਗੀਤ ਸੀ, ਇਹ ਤਾਂ ਕੌਨਫਲਿਕਟ ਹੋ ਰਿਹਾ ਤੁਹਾਡੀ ਆਪਣੀ ਚੁਆਇਸ 'ਚ? ਮਤਲਬ ਜਦੋਂ ਪੜ੍ਹਦੇ ਹੁੰਦੇ ਸੀ ਮੈਂ ਉਹਨਾਂ ਨੂੰ ਬਹੁਤ ਸੁਣਦੀ ਸੀਗੀ, ਜਦੋਂ ਵੀ ਕਿਤੇ ਕਿਸੇ ਨੇ ਕਹਿਣਾ ਵੀ ਗਾਣਾ ਨਾਨਕੇ ਲਾਤੀ, ਹਾਂਜੀ, ਉਹ ਸਾਰੀਆਂ ਕੈਸਟਾਂ ਮੈਂ ਉਹਨਾਂ ਦੀਆਂ ਸੁਣੀਆਂ ਹੋਈਆਂ ਨੇ। ਹਾਂਜੀ, ਬਸ ਸ਼ੁਰੂ 'ਚ ਉਹਨਾਂ ਨੂੰ ਸੁਣੀਦਾ ਸੀ, ਫਿਰ ਜਦੋਂ ਮੀਤ ਬਰਾੜ ਨੂੰ, ਹਾਂਜੀ, ਇੱਧਰ ਨੂੰ ਆ ਗਏ, ਹੁਣ ਦੁਗਾਣਾ ਗਾਇਕੀ ਨੂੰ ਸੁਣੀਦੇ। ਦੁਗਾਣਾ ਗਾਇਕੀ ਨੂੰ ਸੁਣੀਦੇ। ਹੁਣ ਮੈਨੂੰ ਇਹ ਦੱਸਿਓ, ਆਪਸ ਦੇ ਵਿੱਚ ਕਿੰਨੀ ਕੁ ਅੰਡਰਸਟੈਂਡਿੰਗ ਹੈ ਤੁਹਾਡੀ? ਪੂਰੀ ਹੈ ਜੀ ਅੰਡਰਸਟੈਂਡਿੰਗ ਸਾਡੀ, ਹਾਂਜੀ ਬਿਲਕੁਲ। ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਭੁਪਿੰਦਰ ਗਿੱਲ ਉਹਨਾਂ ਨੂੰ ਦੀਪ ਢਿੱਲੋਂ ਪਸੰਦ ਹੈ, ਓਕੇ, ਤੁਹਾਨੂੰ ਧਰਮਾ ਪਸੰਦ ਹੈ ਉਹਨਾਂ ਨੂੰ ਰਵਿੰਦਰ ਗਿੱਲ ਪਸੰਦ ਹੈ, ਤੁਹਾਡੀ ਤਾਂ ਮੇਰਾ ਖਿਆਲ ਹੈ ਇਹ ਇਹ ਬੈਨੀਪਾਲ ਸਾਹਿਬ ਇਹ ਮੈਰਿਜ ਤੋਂ ਪਹਿਲਾਂ ਦੀਆਂ ਗੱਲਾਂ ਨੇ। ਬਹੁਤ ਸਾਰੇ ਅਖਾੜਿਆਂ ਦੇ ਵਿੱਚ ਤੁਸੀਂ ਜਾਂਦੇ ਹੋ, ਕਈ ਵਾਰੀ ਇਹ ਹੋਇਆ ਕਿ ਹਫੜਾ ਦਫੜੀ ਪਈ ਹੁੰਦੀ ਹੈ, ਚੱਕ ਲਓ ਚੱਕ ਲਓ,
ਕਿਉਂਕਿ ਤੁਹਾਡੀਆਂ ਜ਼ਿੰਮੇਵਾਰੀਆਂ ਮੈਨੂੰ ਪਤਾ ਜ਼ਿਆਦਾ ਹੋਣੀਆਂ ਨੇ ਜਦੋਂ ਘਰੋਂ ਵੀ ਤੁਰਦੇ ਹੋਵੋ। ਕਦੇ ਕੋਈ ਇੱਦਾਂ ਹੋਇਆ ਕਿ ਆਹ ਚੀਜ਼ ਤਾਂ ਨਾਲ ਲੈ ਕੇ ਜਾਣੀ ਸੀ ਜਾਂ ਤੁਹਾਡਾ ਕੋਈ ਆਪਣਾ ਹਾਰ ਸ਼ਿੰਗਾਰ ਦੀ ਚੀਜ਼ ਹੋਵੇ ਘਰ ਭੁੱਲ ਗਏ ਹੋਵੋ? ਨਹੀਂ, ਅਸੀਂ ਮਤਲਬ ਪਹਿਲਾਂ ਹੀ ਰਾਤ ਨੂੰ ਸਾਰੀ ਤਿਆਰੀ ਕਰਕੇ ਰੱਖ ਲੈਂਦੇ ਹਾਂ ਜੀ। ਉਹ ਤੁਸੀਂ ਜ਼ਿਆਦਾ ਤੁਹਾਨੂੰ ਜ਼ਿਆਦਾ ਕਰਨੀ ਪੈਂਦੀ ਹੈ ਜਾਂ ਇਹਨਾਂ ਨੂੰ ਕਰਨੀ ਪੈਂਦੀ ਹੈ? ਨਹੀਂ, ਉਹ ਮੈਨੂੰ ਪੂਰਾ ਕੋਆਪਰੇਟ ਕਰਦੇ ਕਰਦੇ ਆ। ਹਾਂਜੀ, ਕਦੇ ਬਈ ਹੋਇਆ ਇੱਦਾਂ? ਨਹੀਂ ਜੀ, ਬਿਲਕੁਲ ਨਹੀਂ। ਅਸੀਂ ਪੈਕਿੰਗ ਮਤਲਬ ਰਾਤ ਨੂੰ ਕਰਕੇ ਰੱਖਣੀ ਹੈ। ਅੱਛਾ, ਹਾਂ, ਉਹ ਕੋਸ਼ਿਸ਼ ਹੁੰਦੀ ਵੀ ਗੱਡੀ 'ਚ ਸਮਾਨ ਪਿਆ ਹੋਵੇ, ਸੁਬਾਹ ਉੱਠ ਕੇ ਬਸ ਤੁਰਨਾ ਹੀ ਹੈ ਜੀ। ਬਹੁਤ ਲੋਕ ਕੰਪਲੇਂਟ ਕਰਦੇ ਅਕਸਰ ਜੀ ਕਿ ਕਲਾਕਾਰਾਂ ਨੂੰ ਯਾਰ ਅਸੀਂ ਸੱਦਦੇ ਹਾਂ ਜੀ, ਉਹ ਤੁਹਾਡੀ ਇਕੱਲਿਆਂ ਦੀ ਗੱਲ ਨਹੀਂ, ਮੈਂ ਕਰਦਾ ਜੀ, ਮੁਹਤਾਤ ਦੀ ਗੱਲ ਕਰਦਾ। ਹੋ ਸਕਦਾ ਤੁਸੀਂ ਉਸਦੇ ਵਿੱਚ ਹੋਵੋ ਜਾਂ ਬਾਹਰ ਵੀ ਹੋ ਸਕਦਾ। ਬਿਲਕੁਲ ਜੀ, ਕਿ ਸਮਾਂ 2 ਵਜੇ ਦਾ ਦਿੱਤਾ ਯਾਰ, 3:30 ਤੋਂ ਪਹਿਲਾਂ ਕਾਰ ਆ ਕੇ ਨਹੀਂ ਰੁਕਦੀ, ਪਹਿਲਾਂ ਸਪੀਕਰ ਵਾਲੇ ਭੇਜ ਦੇਣੇ, ਫਿਰ ਸਾਊਂਡ ਵਾਲੇ ਭੇਜ ਦੇਣੇ। ਕਿੰਨੀ ਸੱਚਾਈ ਹੈ ਜੀ ਇਸ ਗੱਲ 'ਚ? ਵੇਖੋ ਜੀ, ਮੈਂ ਕਿਸੇ ਬਾਰੇ ਕੁਛ ਨਹੀਂ ਕਹਿ ਸਕਦੇ ਆਪਾਂ, ਪਰ ਜਿਹੜਾ ਸਾਡਾ ਕੰਮ ਹੈ, ਜਿੰਨੀਆਂ ਵੀ ਸਾਡੀਆਂ ਪਾਰਟੀਆਂ ਜਿੰਨੇ ਹੁਣ ਤੱਕ ਪ੍ਰੋਗਰਾਮ ਲਾਏ ਆ, ਇੱਕ ਵੀ ਪ੍ਰੋਗਰਾਮ ਐਸਾ ਨਹੀਂ ਵੀ ਜਿੱਥੇ ਅਸੀਂ ਲੇਟ ਹੋਈਏ। ਅੱਛਾ, ਬਿਲਕੁਲ ਜੀ, ਅਸੀਂ ਜੇ ਇਹ ਹੁੰਦਾ ਵੀ ਸੁਣਨ 'ਚ ਆਉਂਦੀਆਂ ਨੇ ਜੀ ਇਹ ਗੱਲ, ਬਿਲਕੁਲ ਜੀ ਆਉਂਦੀਆਂ, ਕਾਫੀ ਸਿੰਗਰ ਹੈ ਆ ਜਿਹੜੇ ਮਤਲਬ ਲੇਟ ਹੁੰਦੇ ਆ, ਫਿਰ ਕਹਿੰਦੇ ਘੰਟਾ ਡੇਢ ਘੰਟਾ ਆਉਣਾ ਜੀ, ਅਤੇ ਫਿਰ ਕਿਸੇ ਨੂੰ ਮਾਈਕ ਫੜਾ ਕੇ ਆ, ਪਤਾ ਹੀ ਨਹੀਂ ਲੱਗਦਾ ਕਦੋਂ ਪਿੱਛੇ ਗੱਡੀ ਖੜਾਈ ਹੈ ਅਤੇ ਭੱਜ ਗਏ। ਨਹੀਂ ਜੀ, ਸਾਡਾ ਤਾਂ ਵੇਖੋ ਜੀ, ਸਾਡੇ ਪਰਿਵਾਰ ਕੇ ਅਸੀਂ ਤਾਂ ਸਾਡੇ ਨਾਲ ਫੈਮਿਲੀਆਂ ਜਿੱਦਾਂ ਜੁੜੀਆਂ ਵੀ ਆ, ਹਾਂ, ਅਸੀਂ ਤਾਂ ਪੂਰਾ ਖੁਸ਼ ਕਰਕੇ ਆਈਦਾ ਲੋਕਾਂ ਨੂੰ। ਕੋਈ ਬਰਥਡੇ ਪਾਰਟੀ ਹੁੰਦੀ ਹੈ, ਮੈਰਿਜ ਦਾ ਪ੍ਰੋਗਰਾਮ ਹੁੰਦਾ, ਮੇਲੇ ਹੁੰਦੇ, ਕਬੱਡੀ ਟੂਰਨਾਮੈਂਟ, ਜੋ ਵੀ ਹੁੰਦਾ, ਅਸੀਂ ਜਿੰਨਾ ਟਾਈਮ ਮਤਲਬ ਮੈਂ ਪ੍ਰੋਗਰਾਮ ਬੁੱਕ ਕਰਨ ਤੋਂ ਪਹਿਲਾਂ ਇਹ ਪਾਰਟੀ ਨਾਲ ਗੱਲ ਹੁੰਦੀ ਹੈ ਵੀ ਸਾਡਾ ਪਰਿਵਾਰ ਹੈ, ਵੀ ਸਾਨੂੰ ਕੋਈ ਸਟੇਜ 'ਤੇ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਸੇ ਕਿਸੇ। ਕਦੇ ਕਦਾਈ ਇੱਦਾਂ ਹੋ ਜਾਂਦਾ ਕਿਉਂਕਿ ਆਪਣੇ ਲੋਕ ਕਈ ਵਾਰੀ ਹੁੰਦਾ ਜੀ। ਨਹੀਂ ਜੀ, ਬਿਲਕੁਲ ਨਹੀਂ, ਮਸਤੀਆਂ ਕਰਨ ਲੱਗ ਜਾਂਦੇ। ਨਾ ਜੀ ਨਾ, ਅੱਜ ਤੱਕ ਇੱਕ ਵਾਰੀ ਵੀ ਨਹੀਂ ਹੋਇਆ ਕਿਉਂਕਿ ਲੋਕ ਕਾਫੀ ਇਸ ਗੱਲ ਨੂੰ ਲੈ ਕੇ ਸਮਝਦਾਰ ਆ ਹੁਣ। ਬਿਲਕੁਲ ਬਿਲਕੁਲ ਜੀ, ਬਿਲਕੁਲ, ਕੋਈ ਪ੍ਰੋਬਲਮ ਨਹੀਂ ਆਈ ਸਾਨੂੰ ਕਦੇ 1% ਵੀ ਜੀ। ਅਤੇ ਹੁਣ ਕਦੀ ਸੋਚਦੇ ਹੋ ਜੀ ਕਿ ਹੁਣ ਤੱਕ ਜਿਹੜੇ ਆਪਾਂ ਗੀਤ ਕਰ ਲਏ ਬਹੁਤ ਕਮਾਲ ਦੇ ਰਹੇ ਨੇ, ਹੁਣ ਥੋੜ੍ਹਾ ਜਿਹਾ ਮੈਂ ਵੇਖਿਆ ਕਿ ਹੁਣ ਟ੍ਰੈਂਡ ਜਿਹਾ ਚੇਂਜ ਕਰ ਲਿਆ, ਉਹ ਗ੍ਰਾਮ ਜੀ 'ਚ ਹੀ ਗਾਈ ਜਾਂਦੇ ਨੇ ਮੁੰਡੇ, ਪਤਾ ਹੀ ਨਹੀਂ ਲੱਗਦਾ ਵੀ ਬੰਦਾ ਗਾਉਂਦਾ ਬੁੜੀ ਗਾਉਂਦੀ ਹੈ ਜੀ ਜੀ। ਤੁਸੀਂ ਵੀ ਇੱਦਾਂ ਕੁਛ ਕਰਨਾ? ਨਹੀਂ, ਅਸੀਂ ਤਾਂ ਜਿੱਦਾਂ ਮਤਲਬ ਸਾਡਾ ਚੱਲ ਰਿਹਾ ਉੱਦਾਂ ਹੀ ਚਲਾਵਾਂਗੇ, ਖਿੱਚ ਕੇ ਰੱਖਣਾ। ਬਿਲਕੁਲ ਜੀ, ਖਿੱਚ ਕੇ ਰੱਖਣਾ। ਹੁਣ ਬਹੁਤ ਗੀਤ ਨੇ ਤੁਹਾਡੇ ਜੀ, ਮੈਨੂੰ ਪਤਾ ਇੱਕ ਲਗਭਗ 1 ਘੰਟੇ ਦੇ ਆਪਾਂ ਨੇੜੇ ਜਾ ਪਹੁੰਚੇ ਹਾਂ ਜੀ ਜੀ। ਕੋਈ ਇਸ ਤਰ੍ਹਾਂ ਦਾ ਗੀਤ ਹੈ ਜਿਹੜਾ ਦਿਲ ਕਰਦਾ ਹੋਵੇ ਤੁਹਾਡਾ ਜਾਂ ਤੁਹਾਡਾ ਕਿ ਆਪਾਂ ਅੱਜ ਯਾਰ ਪ੍ਰਾਈਮ ਏਸ਼ੀਆ 'ਤੇ ਸੁਣਾ ਕੇ ਜਾਣਾ? ਜੀ ਜੀ ਬਿਲਕੁਲ ਹੈ ਜੀ। ਕੋਈ ਗੀਤ ਤਾਂ ਵੇਖੋ ਜੀ ਸਾਰੇ ਹੀ ਆਪ ਨੂੰ ਤਾਂ ਵਧੀਆ ਲੱਗਦੇ, ਪਰ ਫਿਰ ਵੀ ਇੱਕ ਸਰਪੰਚੀ ਵਾਲਾ ਗਾਣਾ ਪਿੱਛੇ ਜਿਹੇ ਅਸੀਂ ਰਿਕਾਰਡ ਕੀਤਾ ਸੀ, ਤਕੜੀ ਵੱਟੇ ਪੱਲੇ ਰਹਿ ਜਾਣੇ। ਬਿਲਕੁਲ ਜੀ, ਸਾਡੇ ਤਕਰੀਬਨ ਗਾਣੇ ਬੈਨੀਪਾਲ ਸਾਹਿਬ, ਮੇਰੀ ਕੋਸ਼ਿਸ਼ ਹੁੰਦੀ ਮੈਂ ਰਾਈਟਰ ਤੋਂ ਕਹਿ ਕੇ ਵੀ ਕਈ ਵਾਰੀ ਲਿਖਵਾਉਣਾ, ਮੈਨੂੰ ਫਨੀ ਜਿਹਾ ਗਾਣਾ ਚਾਹੀਦਾ ਯਾਰ, ਗੀਤ ਵਧੀਆ, ਫੈਮਿਲੀ ਡਰਾਮਾ ਜਿਹਾ ਹੋਵੇ ਕੋਈ ਬਸ। ਹਾਂਜੀ, ਉਹ ਸੀ ਸਰਪੰਚੀ ਦੀ ਗੱਲ, ਜ਼ਿਆਦਾਤਰ ਨਾ ਇੱਕ ਆਪਣੇ ਜੱਟਾਂ ਦੀ ਗੱਲ ਹੁੰਦੀ ਹੈ ਜੀ ਆਮ ਤੌਰ 'ਤੇ ਗਾਣਿਆਂ ਦੇ ਵਿੱਚ, ਅਸੀਂ ਇੱਕ ਬਾਣੀਆਂ ਦੀ ਸਰਪੰਚੀ ਦੀ ਗੱਲ ਕੀਤੀ ਸੀ। ਹਾਂਜੀ, ਦੁਕਾਨ ਕੀਤੀ ਹੈ ਪ੍ਰਚੂਨ ਦੀ। ਬਿਲਕੁਲ ਜੀ, ਬਿਲਕੁਲ। ਕੀ ਲਿਖਿਆ ਜੀ? ਕਹਿੰਦਾ ਇਹ ਬਾਈ ਸੇਮੇ ਦਾ ਤਾਂ ਨਹੀਂ ਕਿਤੇ? ਨਹੀਂ ਜੀ, ਲਾਭ ਯੋਧਪੁਰੀ ਹੈ ਰਾਈਟਰ, ਹਾਂਜੀ, ਉਹਨਾਂ ਨੇ ਲਿਖਿਆ ਸੀ। ਉਹ ਕਿੰਨੀਆਂ ਮਿਲਣ ਗਰਾਂਟਾਂ ਮੈਂ ਘਰ ਬਹਿ ਕੇ ਸੋਚਾਂ ਨੀ, ਆਏ ਇਲੈਕਸ਼ਨ ਨੇੜੇ ਤੇ ਹੁਣ ਪੈਣੀਆਂ ਵੋਟਾਂ ਨੀ, ਆਏ ਇਲੈਕਸ਼ਨ ਨੇੜੇ ਤੇ ਹੁਣ ਪੈਣੀਆਂ ਵੋਟਾਂ ਨੀ, ਆਏ ਅੱਧਾ ਪਿੰਡ ਹੁਣ ਆਪਣੀ ਹਾਮੀ ਭਰਦਾ ਨੀ ਸ਼ੀਲਾ, ਆਏ ਅੱਧਾ ਪਿੰਡ ਹੁਣ ਆਪਣੀ ਹਾਮੀ ਭਰਦਾ ਨੀ ਸ਼ੀਲਾ, ਉਹ ਮੇਰਾ ਵੀ ਸਰਪੰਚੀ ਨੂੰ ਜੀ ਕਰਦਾ ਨੀ ਸ਼ੀਲਾ, ਹਾਂ ਮੇਰਾ ਵੀ ਸਰਪੰਚੀ ਨੂੰ ਜੀ ਕਰਦਾ ਨੀ ਸ਼ੀਲਾ। ਉਹ ਚੰਗੀ ਖਾਈਏ ਰੋਟੀ ਨਾ ਕੋਈ ਫਿਕਰ ਨਾ ਪਾਕਾ ਜੀ, ਕੀ ਲੈਣਾ ਸਰਪੰਚੀ ਤੋਂ ਸੋਨੂੰ ਦੇ ਪਾਪਾ ਜੀ, ਕੀ ਲੈਣਾ ਸਰਪੰਚੀ ਤੋਂ ਸੋਨੂੰ ਦੇ ਪਾਪਾ ਜੀ, ਹੱਟ ਚੋ ਸਾਰਾ ਸੌਦਾ ਲੋਕੀ ਲੈ ਜਾਣਗੇ ਵੇ, ਆ ਹੱਟ ਚੋ ਸਾਰਾ ਸੌਦਾ ਲੋਕੀ ਲੈ ਜਾਣਗੇ ਵੇ, ਬਸ ਆਪਣੇ ਪੱਲੇ ਤੱਕੜੀ ਵੱਟੇ ਰਹਿ ਜਾਣਗੇ ਵੇ, ਬਸ ਆਪਣੇ ਪੱਲੇ ਤੱਕੜੀ ਵੱਟੇ ਰਹਿ ਜਾਣਗੇ ਵੇ। ਬਹੁਤ ਅੱਛੇ ਹਰਮਨਦੀਪ ਤੇ ਵੀਰ ਜੀ, ਗੱਲਾਂ ਬਾਤਾਂ ਕਰਦਿਆਂ ਲਗਭਗ ਆਪਾਂ ਆਖਰੀ ਪੜਾਅ ਤੇ ਆ, ਆਪਣੇ ਕੋਲ 2 ਮਿੰਟ ਦਾ ਟਾਈਮ ਹੈ ਜੀ, ਇਹ 2 ਮਿੰਟ ਤੁਸੀਂ ਇਕੱਲੇ ਵੀ ਲੈ ਸਕਦੇ, ਪਰ ਮੈਂ ਚਾਹੁੰਦਾ 1-1 ਮਿੰਟ ਲੈ ਲਓ ਜੀ ਜੀ। ਕੀ ਕਹਿਣਾ ਚਾਹੁੰਦੇ ਹੋ ਅਖੀਰ 'ਚ? ਬਸ ਜੀ, ਸਭ ਤੋਂ ਪਹਿਲਾਂ ਤਾਂ ਬੈਨੀਪਾਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਵੀ ਛੋਟੇ ਛੋਟੇ ਹੁੰਦੇ ਤੁਹਾਡੇ ਗਾਣੇ ਸੁਣਦੇ ਸੀ, ਅਤੇ ਮੇਰੇ ਦਿਲ 'ਚ ਇਹ ਇੱਛਾ ਵੀ ਸੀ ਯਾਰ ਕਦੇ ਬੈਨੀਪਾਲ ਸਾਹਿਬ ਦਾ ਗਾਣਾ ਗਾਈਏ, ਅਤੇ ਅੱਜ ਤੁਹਾਡੇ ਰੂਹ ਹੋ ਕੇ ਕਚਹਿਰੀ 'ਚ ਕਹਿਣਾ ਜੀ। ਹਾਂਜੀ ਬਿਲਕੁਲ ਜੀ, ਬਿਲਕੁਲ, ਵੀ ਜਲੇਬੀਆਂ ਕੱਢਣੀਆਂ ਲਿਖਦੇ ਹਾਂ, ਤੁਹਾਨੂੰ ਗੀਤ ਵਧੀਆ ਦੇਖ ਕੇ ਤੋਰਾਂਗੇ ਜੀ। ਥੈਂਕ ਯੂ ਜੀ, ਥੈਂਕ ਯੂ। ਜੇ ਤੁਹਾਨੂੰ ਪਸੰਦ ਆ ਗਿਆ ਤਾਂ ਰਿਕਾਰਡ ਕਰ ਦਿਓ ਜੀ, ਬਿਲਕੁਲ, ਚੁਆਇਸ ਦਾ ਤੁਹਾਨੂੰ ਪਤਾ ਲੱਗ ਗਿਆ, ਬਸ ਇਸ ਤਰ੍ਹਾਂ ਦਾ ਕੋਈ ਗਾਣਾ ਤੁਹਾਡਾ ਜ਼ਰੂਰ ਕਰਾਂਗੇ ਉਮੀਦ ਹੈ ਜੀ। ਜੀ ਹਰਮਨ, ਬਹੁਤ ਖੁਸ਼ੀ ਹੋਈ ਵੀਰ ਜੀ, ਅੱਜ ਤੁਸੀਂ ਸਾਨੂੰ ਆਡੀਅੰਸ ਦੇ ਰੂਬਰੂ ਕੀਤਾ, ਔਰ ਮੈਂ ਤਾਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦੀ ਸੀਗੀ ਅੱਜ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ। ਤੁਸੀਂ ਬਹੁਤ ਵਧੀਆ ਗਾਉਂਦੇ ਹੋ, ਮੈਂ ਸੱਚੀ ਦੱਸਾਂ, ਹਾਂਜੀ, ਮੈਂ ਬਹੁਤ ਗੱਲ ਤੁਹਾਡੇ ਗਿਆਨ ਤੋਂ ਬਾਅਦ ਆ
ਕਰਨੀ ਚਾਹੁੰਦਾ ਸੀ ਆਪਣੇ ਚੈਨਲ ਦੇ ਆਪਣੇ ਦਰਸ਼ਕਾਂ ਦੇ ਨਾਲ, ਪਰ ਤੁਹਾਡੇ ਹੁੰਦਿਆਂ ਹੁੰਦਿਆਂ ਕਰ ਦਿੰਦਾ। ਬਹੁਤ ਘੱਟ ਲੋਕ ਨੇ ਜਿਹੜੇ ਸਟੇਜ 'ਤੇ ਕਰ ਲੈਂਦੇ ਆ ਪਰ ਨਖਰੇ ਨਾਲ ਨਹੀਂ ਕਰਦੇ। ਬਿਲਕੁਲ ਕੁੜੀਏ, ਜਦ ਤੂੰ ਗਾਉਂਦੀ ਹੈ ਤੇਰੇ 'ਚ ਸਟੇਜੀ ਨਖਰਾ ਵੀ ਹੈ, ਤੁਹਾਨੂੰ ਪਤਾ ਹੈ ਕਿ ਕਿਹੜੀ ਚੀਜ਼ ਕਿੱਥੋਂ ਚੱਕਣੀ ਹੈ, ਕਿੱਥੇ ਛੱਡਣੀ ਹੈ, ਮੀਤ ਨਾਲ ਤੁਹਾਡੀ ਆਪਸ ਦੇ ਵਿੱਚ ਹਲਕੀ ਹਲਕੀ ਨੋਕ ਝੋਂਕ, ਮੇਰੇ ਖਿਆਲ ਗਾਣਿਆਂ ਦਾ ਇੱਕੋ ਸੁਨਹਿਰੀ ਅੰਗ ਹੈ। ਬਿਲਕੁਲ ਜੀ, ਬਿਲਕੁਲ। ਹਰਮਨਜੀਤ ਤੇ ਬਾਈ ਮੀਤ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਸਮੇਂ ਦੀ ਸਮਾਪਤੀ ਹੋ ਰਹੀ ਹੈ ਜੀ। ਸੋ ਫਿਰ ਕਦੇ ਸਬੱਬ ਬਣਿਆ ਫਿਰ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ। ਦਿਲ ਵਿੱਚ ਬਹੁਤ ਗੱਲਾਂ ਕਰਨ ਵਾਲੀਆਂ ਸੀ ਜੀ। ਬਿਲਕੁਲ, ਪਰ ਸਮਾਂ ਕਹਿੰਦਾ ਕਿ ਆ ਬੰਦੇ ਹੁਣ ਬੰਦਿਆਂ ਵਾਲੀ ਗੱਲ ਕਰੀ ਜਾਣਾ ਪੈਣਾ ਜੀ। ਜੀ ਬਿਲਕੁਲ, ਤੁਹਾਡਾ ਤਦੋਂ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਸਤਿ ਸ਼੍ਰੀ ਅਕਾਲ ਦੋਸਤੋ। ਇਹ ਸਨ ਤੁਹਾਡੇ ਆਪਣੇ ਹਰ ਦਿਲ ਅਜੀਜ਼ ਦੁਗਾਣਾ ਜੋੜੀ, ਹਰਮਨਦੀਪ ਅਤੇ ਮੀਤ ਬਰਾੜ, ਜਿਨ੍ਹਾਂ ਦੇ ਇੱਕ ਨਹੀਂ ਅਨੇਕਾਂ ਦੁਗਾਣੇ ਨੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਬਹੁਤ ਕੁਝ ਤੇ ਇਹਨਾਂ ਨਾਲ ਸਾਂਝਾ ਨਹੀਂ ਕਰ ਸਕੇ, ਜਾਂ ਇਹ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਸਨ, ਪਰ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਕੱਲ੍ਹ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ। ਵੇਖਦੇ ਰਿਹਾ ਕਰੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।